ਜਿਸ ਪੰਜਾਬੀ ਦੇਖ ਰਹੇ ਹੋ ਇਸ ਸਾਏ ਦਰਸ਼ਕਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਿਰਫ ਤਾਂ ਸਿਰਫ 7 ਦਿਨ ਰਹਿ ਗਏ ਹੈ ਸ਼ਾਇਦ ਇੱਕ ਹਫ਼ਤੇ ਬਾਅਦ ਇਸ ਟਾਈਮ ਸਾਨੂੰ ਅੰਦਾਜ਼ਾ ਹੋਏ ਕਿ ਇਸ ਕੰਟਰੀ ਦਾ ਨੈਕਸਟ ਪ੍ਰੈਜ਼ੀਡੈਂਟ ਕੌਣ ਬਣੂਗਾ ਜਾਂ ਸ਼ਾਇਦ ਉਹ ਚੀਜ਼ ਬਿਲਕੁਲ ਅਨਡਿਸਾਈਡਡ ਹੋਏ ਬਿਕੋਜ਼ ਇਸ ਸਾਲ ਐਕਸਟ੍ਰੀਮ ਸਰਕਮਸਟੈਂਸਸ ਕਰਕੇ ਕੋਵਿਡ ਕਰਕੇ ਇੱਕ ਤਾਂ अर्ਲੀ VOTING ਬਹੁਤ ਰੈਕੋਰਡ ਹਾਈ ਨੰਬਰਸ ਵਿੱਚ ਵੇਖਣ ਨੂੰ ਮਿਲ ਰਹੀ ਹੈ 69 ਮਿਲੀਅਨ ਐਲੀਜੀਬਲ VOTERS ਆਲਰੇਡੀ ਆਪਣੀ VOTE ਕਾਸਟ ਕਰ ਚੁੱਕੇ ਹਨ ਇਟਸ ਐਸਟੀਮੇਟਿਡ ਥੈਟ ਥੈਟ ਇਜ਼ ਅਬਾਊਟ ਹਾਫ ਆਫ ਆਲ ਐਲੀਜੀਬਲ VOTERS ਇਨ ਥਿਸ ਕੰਟਰੀ ਜਿਨ੍ਹਾਂ ਨੇ ਆਲਰੇਡੀ अर्ਲੀ VOTING ਦੇ ਵਿੱਚ ਆਪਣੀ VOTE ਪਾਤੀ ਹੈ ਆਮ there is a couple of ਆਪਾਂ ਕਹਿ ਸਕਦੇ ਹਾਂ ਵੱਡੀ ਹੈਡਲਾਈਨਸ ਜੋ ਤੁਹਾਡੇ ਨਾਲ ਡਿਸਕਸ ਆਪਾਂ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਟ ਸਾਡਾ ਫੋਕਸ ਹੁੰਦਾ ਲਿਆ ਕਿ ਅਗਲੇ ਹਫਤੇ ਤੱਕ ਕੁਝ ਸਵਿੰਗ ਸਟੇਟਸ ਤੇ ਰਹੂਗਾ ਆਪਾਂ ਕਹਿ ਸਕਦੇ ਆ ਬੈਟਲ ਗਰਾਉਂਡ ਸਟੇਟਸ ਪਾਵੇਂ ਇਹ ਕੰਟਰੀ 50 ਸਟੇਟਸ ਦਾ ਬਣਿਆ ਹੋਇਆ ਹੈ ਜਦੋਂ ਇੱਥੇ ਫੈਡਰਲ ਇਲੈਕਸ਼ਨਸ ਹੁੰਦੇ ਆ ਕੁਝ ਸਟੇਟਾਂ ਦੀ ਪਾਵਰ ਆ ਜ਼ਿਆਦਾ ਆਪਾਂ ਕਹਿ ਸਕਦੇ ਆ ਗਿਣਤੀ ਵਿੱਚ ਸਾਨੂੰ ਵੇਖਣ ਨੂੰ ਮਿਲਦੀ ਹੈ ਯੂ ਔਡ ਥਿੰਕ ਕਿ ਜੋ ਵੱਡੀ ਸਟੇਟਸ ਹਨ ਜਿਸ ਤਰ੍ਹਾਂ ਕੈਲੀਫੋਰਨੀਆ ਨਿਊਯਾਰਕ ਉਹਨਾਂ ਦੀ ਜ਼ਿਆਦਾ ਪਾਵਰ ਹੋਏਗੀ ਬਟ ਐਕਚੁਅਲੀ ਫੈਡਰਲ ਇਲੈਕਸ਼ਨ ਦੇ ਵਿੱਚ ਵਿਸਕੋਂਸਿਨ ਮਿਸ਼ੀਗਨ ਪੈਂਸਿਲਵੇਨੀਆ ਫਲੋਰੀਡਾ ਇਹੋ ਜੀ ਸਟੇਟਸ ਜ਼ਿਆਦਾ ਮਾਇਨੇ ਰੱਖਦੀ ਹੈ ਡਿਸਾਈਡ ਕਰਨ ਲਈ ਕਿ ਕੌਣ ਪ੍ਰੈਜ਼ੀਡੈਂਟ ਬਣੂਗਾ ਬਿਕਾਜ਼ ਇਸ ਕੰਟਰੀ ਦੇ ਵਿੱਚ ਇਲੈਕਸ਼ਨ ਗਿਨਿਆ ਜਾਂਦਾ ਹੈ ਫੈਡਰਲ ਇਲੈਕਸ਼ਨ ਨਾ ਕਿ ਪਪੂਲਰ ਵੋਟ ਦੇ ਰਾਹੀਂ ਐਜ਼ ਇਨ 10 ਬੰਦਿਆਂ ਨੇ ਇੱਕ ਕੈਂਡੀਡੇਟ ਲਈ ਵੋਟ ਪਾਈ 20 ਬੰਦਿਆਂ ਨੇ ਦੂਜੇ ਲਈ ਪਾਈ 20 ਬੰਦਿਆਂ ਵਾਲਾ ਕੈਂਡੀਡੇਟ ਵਿਨ ਕਰ ਜਾਊਗਾ ਇਦਾਂ ਨਹੀਂ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਇੱਥੇ ਇਲੈਕਟਰਲ ਵੋਟਸ ਕਾਊਂਟ ਕਰਦੀਆਂ ਤੇ ਇਲੈਕਟਰਲ ਵੋਟਸ ਗិនਿਆ ਕਿਸ ਤਰ੍ਹਾਂ ਜਾਣਦੇ ਆ ਮੈਂ ਟੈਕ ਟੀਮ ਨੂੰ ਕਾਵਾਂਗੀ ਕਿ ਥੋੜਾ ਜਿਹਾ ਜ਼ੂਮ ਤੁਹਾਨੂੰ ਇਸ ਮੈਪ ਤੇ ਦਿਖਾਣ ਤੁਸੀਂ ਵੇਖ ਸਕਦੇ ਹੋ ਸਟੇਟਸ ਦੇ ਥੱਲੇ ਛੁੱਛਟੇ ਨੰਬਰਸ ਲਿਖੇ ਹੋਏ ਆ ਉਹ ਨੰਬਰਸ ਹੈਗੇ ਉਸ ਸਟੇਟ ਦੀ ਇਲੈਕਟੋਰਲ ਵੋਟ ਦਾ ਨੰਬਰ ਸੋ ਫॉर ਐਗਜ਼ਾਮਪਲ ਕੈਲੀਫੋਰਨੀਆ ਦੇ ਵਿੱਚ 55 ਲਿਖਿਆ ਹੋਇਆ ਹੈ that is a big number uh, 55 ਕਿਸ ਤਰ੍ਹਾਂ ਉਹ ਗਿਨਿਆ ਜਾਂਦਾ ਹੈ 55 ਐਜ਼ ਇਨ 53 ਉਹਨਾਂ ਦੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਮੈਂਬਰਸ ਹਨ ਤੇ ਦੋ ਉਹਨਾਂ ਦੀ ਸਟੇਟ ਵੱਲੋਂ ਸੈਨੇਟਰਸ ਟੋਟਲ ਮਿਲਾ ਕੇ ਉਹਨਾਂ ਦੇ 55 ਇਲੈਕਟਰਲ ਵੋਟਸ ਕਾਊਂਟ ਹੁੰਦੇ ਹੈ ਸੋ ਹਰ ਇੱਕ ਸਟੇਟ ਦੇ ਵੱਖ-ਵੱਖ ਨੰਬਰਸ ਹਨ ਦ ਰੀਜ਼ਨ ਕਿ ਕੈਲੀਫੋਰਨੀਆ اور ਨਿਊਯਾਰਕ ਵਾਂਗੂ ਵੱਡੀ ਸਟੇਟਸ ਜਿਨ੍ਹਾਂ ਦੇ ਹਾਈ ਨੰਬਰਸ ਹਨ ਉਹਨਾਂ ਨੂੰ ਇੰਨੇ ਆਪਾਂ ਕਹਿ ਸਕਦੇ ਪਾਵਰ ਨਹੀਂ ਦੇ ਸਕਦੇ ਇਨ ਫੈਡਰਲ ਇਲੈਕਸ਼ਨਸ ਦੇ ਵਿੱਚ ਬਿਕੋਜ਼ ਉਹ ਕਾਫੀ ਸੋਲਿਡਲੀ ਹਮੇਸ਼ਾ ਇੱਕ ਕੈਂਡੀਡੇਟ ਇੱਕ ਪਾਰਟੀ ਦੇ ਤਰਫ ਸਵਿੰਗ ਕਰਦੇ ਆ ਜਿਸ ਤਰ੍ਹਾਂ ਕੈਲੀਫੋਰਨੀਆ ਤੁਸੀਂ ਦੇਖ ਸਕਦੇ ਹੋ ਸੋਲਿਡਲੀ ਬਲੂ ਹੈਗਾ ਬਟ ਸਵਿੰਗ ਸਟੇਟਸ ਜਿਸ ਤਰ੍ਹਾਂ ਪੈਂਸਿਲਵੇਨੀਆ ਇਸ ਸਾਲ ਕੁਝ ਨਵੀਂ ਸਵਿੰਗ ਸਟੇਟਸ ਜਾਰਜੀਆ ਅਰੀਜ਼ੋਨਾ ਉਹਨਾਂ ਦੀ ਵੀ ਗੱਲ ਕਰਾਂਗੇ ਅ ਅਮਰਜ ਹੋ ਰਹੀਆਂ ਜਿੱਥੇ ਇਹ ਨਹੀਂ ਪਤਾ ਲੱਗਦਾ ਕਿ ਆ ਮੀਨ ਆਫਕੋਰਸ ਪੋਲਸ ਤੁਹਾਨੂੰ ਅੰਦਾਜ਼ਾ ਤਾਂ ਦਿੰਦੇ ਆ ਬਟ ਇਹ ਐਂਡ ਤੱਕ ਨਹੀਂ ਪਤਾ ਲੱਗਦਾ ਕਿ ਉਹ ਸਟੇਟ ਕਿਸ ਕੈਂਡੀਡੇਟ ਦੇ ਹੱਕ ਵਿੱਚ ਜਾਊਗੀ ਸੋ ਇਸ ਸਾਲ ਜੋ ਆਪਾਂ ਕਹਿ ਸਕਦੇ ਆ ਪਹਿਲੀ ਟਾਇਰ ਹੈਗੀ Swing states, the battleground states, the Odevich, uh, Wisconsin, Michigan, Pennsylvania. Um, in state, which uh, Kafi uh, work headlines Likal Ria, Naka Siraf uh, to Una the voting Nulake, but uh, Hor Kuch uh, disturbances Nulake. But about Georgia, then I'll start Kernea because Georgia, a uh, navi emerging to lo battleground state bunary. In fact, Joe Biden, Aj Georgia, which he up uh, campaign rally Nulake. ਗੇ ਜਾਰਜੀਆ ਤੁਸੀਂ ਕਹਿ ਲਓ ਡੈਮੋਕ੍ਰੈਟਿਕ ਕੈਂਡੀਡੇਟਸ ਹਮੇਸ਼ਾ ਜਾਂਦੇ ਐ ਖਾਸ ਕਰਕੇ ਇਸ ਸ਼ਹਿਰ ਦੇ ਵਿੱਚ ਵਾਰਮ ਸਪ੍ਰਿੰਗਸ ਜਿੱਥੇ ਜੋ ਬਾਈਡਨ ਅੱਜ ਸਿੱਗੇ ਬਿਕੋਜ਼ ਉੱਥੇ ਜਾ ਕੇ ਉਹ ਫਾਰਮਰ ਪ੍ਰੈਜ਼ੀਡੈਂਟ ਆ ਐਫ ਡੀ ਆਰ ਦੀ ਲੇਗੇਸੀ ਨੂ ਇਨਵੋਕ ਕਰਦੇ ਉੱਥੇ ਐਫ ਡੀ ਆਰ ਜਾਂਦੇ ਸੀ ਜਦੋਂ ਉਹਨਾਂ ਨੂੰ ਪੋਲੀਓ ਹੋਇਆ ਸੀ ਰਿਕਵਰ ਕਰਨ ਲਈ ਸੋ ਅੱਜ ਵੀ ਜੋ ਬਾਈਡਨ ਉੱਥੇ ਗਏ ਇਹ ਕਹਿਣ ਲਈ ਕਿ ਮੈਂ ਇਸ ਕੰਟਰੀ ਨੂੰ ਹੀਲ ਕਰਾਂਗਾ that ਇਥੇ fdr ਆਪਣੀ ਹੀਲਿੰਗ ਲੈ ਜਾਂਦੇ ਸੀ ਮੈਂ ਇਥੇ ਅੱਜ ਆਇਆ ਤੁਹਾਨੂੰ ਇਹ ਦੱਸਣ ਲਈ ਕਿ ਜਦੋਂ ਕੋਰੋਨਾ ਵਾਇਰਸ ਨੇ ਇਸ ਕੰਟਰੀ ਦੇ ਵਿੱਚ 2.5 ਲੱਖ ਤੋਂ ਵੱਧ ਜਾਨਾਂ ਕਲੇਮ ਕਰ ਲਈ ਹੈ ਤੇ ਹੋਰ 2 ਲੱਖ ਐਸਟੀਮੇਟਡ ਹਨ ਸਾਲ ਦੇ ਐਂਡ ਤੱਕ ਅਗਰ ਚੀਜ਼ਾਂ ਨਹੀਂ ਚੇਂਜ ਹੁੰਦੀ ਉੱਥੇ ਉਹ ਗਏ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਕਿ ਮੈਂ ਇਸ ਕੰਟਰੀ ਨੂੰ ਹੀਲ ਕਰਾਂਗਾ ਬਟ ਜਾਰਜੀਆ ਤੁਸੀਂ ਕਹਿ ਲਓ ਈਵਨ ਥੋ ਪੁਰਾਣੇ ਸਮੇਂ ਵਿੱਚ ਹਮੇਸ਼ਾ ਰੈੱਡ ਲੀਨਿੰਗ ਗਈ yeah okay. ਇਸ ਸਾਲ ਆ ਇੱਕ ਤੁਸੀਂ ਕਹੋ ਵੱਡੀ ਗਿਣਤੀ ਵਿੱਚ ਨਵੇਂ ਵੋਟਰਸ ਦੀ ਐਡੀਸ਼ਨ ਤੇ ਉਹਨ ਵੋਟਰਸ ਦਾ ਜੋ ਡੈਮੋਗ੍ਰਾਫਿਕ ਹੈਗਾ ਯੰਗਰ ਵੋਟਰਸ ਮਾਈਨੋਰਟੀ ਵੋਟਰਸ ਅਫਰੀਕਨ ਅਮਰੀਕਨ ਵੋਟਰਸ ਇਹ ਸਾਰੇ ਨੰਬਰਸ ਦੀ ਇਨਕਰੀਸ ਕਰਕੇ ਜਾਰਜੀਆ ਇਸ ਵੇਲੇ ਬੈਟਲ ਗ੍ਰਾਉਂਡ ਸਟੇਟ ਬਣਿਆ ਹੋਇਆ ਨੈਕਸਟ ਇਜ਼ ਵਿਸਕான்ਸਨ ਵਿਸਕான்ਸਨ ਦੇ ਵਿੱਚ ਵਿਸਕான்ਸਨ ਟ੍ਰੈਡੀਸ਼ਨਲੀ ਇੱਕ ਬਹੁਤ ਵੱਡੀ ਸਵਿੰਗ ਸਟੇਟ ਮੰਨੀ ਜਾਂਦੀ ਹੈ ਬਟ ਵਿਸਕான்ਸਨ ਦੇ ਵਿੱਚ ਇੱਕ ਸੁਪਰੀਮ ਕੋਰਟ ਰੂਲਿੰਗ ਹੈਡਲਾਈਨਸ ਬਣਾ ਰਹੀਏ ਉਹਦੇ ਤੁਹਾਨੂੰ ਡਿਟੇਲਸ ਦਵਾਂਗੇ ਪ੍ਰੋਗਰਾਮ ਦੇ ਵਿੱਚ ਐਂਡ ਲਾਸਟ ਬਨਟਲੀਸ ਪنسਿਲਵੇਨੀਆ ਕੁਝ ਲੋਕੀ ਆਰਗੂ ਕਰਦੇ ਹੈ ਥੈਟ ਪੈਂਸਿਲਵੇਨੀਆ ਇਸ ਸਾਲ ਇਲੈਕਸ਼ਨ ਨੂੰ ਡਿਸਾਈਡ ਕਰੂਗਾ ਪੈਂਸਿਲਵੇਨੀਆ ਜੋ ਟ੍ਰੈਡੀਸ਼ਨਲੀ ਡੈਮੋਕ੍ਰੈਟਸ ਦੇ ਹੱਕ ਦੇ ਵਿੱਚ ਸਟੇਟ ਜਾਂਦੀ ਸੀ 2016 ਦੇ ਵਿੱਚ ਹਿਲਰੀ ਕਲਿੰਟਨ ਇਸ ਸਟੇਟ ਨੂੰ ਹਾਰ ਗਈ ਸੀ ਬਾਈ ਅ ਵੈਰੀ ਵੈਰੀ ਸਮਾਲ ਮਾਰਜਨ ਲਾਈਕ ਪਰਸੈਂਟੇਜ ਪੁਆਇੰਟਸ ਉਹ ਹਾਰੇ ਸੀ ਸੋ ਇਸ ਸਾਲ ਇਟ ਇਜ਼ ਐਨੀਬਾਡੀਜ਼ ਗੇਮ ਕਿ ਪੈਂਸਿਲਵੇਨੀਆ ਕਿਹਦੇ ਹੱਕ ਚ ਜਾਊਗਾ ਐਂਡ ਐਜ਼ ਇਟ ਸੋ ਹੈਪਨਸ ਪੈਂਸਿਲਵੇਨੀਆ ਦੇ ਕੈਪੀਟਲ ਸਿਟੀ ਫਿਲਡਲਫੀਆ ਵਿੱਚੋਂ ਕੱਲ ਇੱਕ ਔਰ ਤੁਸੀਂ ਕਹਿ ਲਓ ਸਿਵਲ ਅਨਰੈਸਟ ਦੀ ਸਟੋਰੀ ਲਿਖ ਲਈ ਸ਼ੂਟਿੰਗ ਹੋਈ ਪੁਲਿਸ ਆਫਿਸਰਸ ਦੇ ਨਾਲ ਲਾਕੇ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰਾਂਗੇ ਸਰਟਨ ਕੁਝ ਔਨ ਦਾ ਗਰਾਉਂਡ ਰਿਪੋਰਟਿੰਗ ਲਾਕੇ ਤੁਹਾਡੇ ਨਾਲ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਾਂਗੇ ਕਿ ਹੋ ਕੀ ਰੈਪ ਪੈਂਸਿਲਵੇਨੀਆ ਦੇ ਵਿੱਚ ਐਂਡ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਨੇ ਇਸ ਇਲੈਕਸ਼ਨ ਨੂੰ ਅਫੈਕਟ ਕਰਨਾ ਜੋ ਹੁਣ ਸਿਰਫ ਤਾਂ ਸਿਰਫ 7 ਦਿਨ ਦੂਰ ਰਹਿ ਗਿਆ ਮੈਂ ਸਾਰਿਆਂ ਨੂੰ ਇੱਕ ਵਾਰੀ ਫਿਰ ਇਹ ਦੱਸਣਾ ਚਾਹੁੰਦੀ ਹਾਂ ਜਿੱਥੇ ਇਲੈਕਸ਼ਨ ਦੀ ਗੱਲ ਆਉਂਦੀ ਹੈ ਟਰੈਡੀਸ਼ਨਲੀ ਇਸ ਟਾਈਮ ਦੇ ਵਿੱਚ ਇਹ ਜੋ ਕੁਝ 7-8 ਦਿਨ ਰਹਿ ਜਾਂਦੇ ਆ ਇਲੈਕਸ਼ਨ ਤੋਂ ਪਹਿਲੇ ਕੈਂਡੀਡੇਟਸ ਐਂਡ ਕੈਂਪੇਨਸ ਕੋਸ਼ਿਸ਼ ਕਰਦੇ ਆ ਕਿ ਕੋਈ ਲਾਸਟ ਮਿੰਟ ਸਰਪ੍ਰਾਈਜ਼ ਰਿਲੀਜ਼ ਹੋਏ ਜਿਸ ਤਰ੍ਹਾਂ 2016 ਦੇ ਵਿੱਚ ਜੇਮਸ ਕੋਮੀ ਜੋ FBI ਡਾਇਰੈਕਟਰ ਸਨ ਉਹਨਾਂ ਨੇ ਹਿਲਰੀ ਕਲਿੰਟਨ ਦੀ ਈਮੇਲਾਂ ਨੂੰ ਲੈ ਕੇ ਐਨਾਊਂਸਮੈਂਟ ਕੀਤੀ ਸੀ ਕਿ ਮੈਂ ਆਪਣੀ ਜਾਣਕਾਰੀ ਹਿਲਰੀ ਦੇ ਵਿੱਚ ਫਿਰ ਸਟਾਰਟ ਕਰ ਰਿਹਾ ਹਾਂ ਲੋਕਾਂ ਨੇ ਆਰਗੂ ਕੀਤਾ ਕਿ ਤੱਕ ਉਸ ਲਾਸਟ ਮਿੰਟ ਐਨਾਊਂਸਮੈਂਟ ਨੇ ਹਿਲਰੀ ਕਲਿੰਟਨ ਨੂੰ ਉਹ ਇਲੈਕਸ਼ਨ ਕੋ ਲੋਸਟ ਕਰਤਾ ਬਿਕੋਜ਼ ਕਾਫੀ ਲੋਕੀ ਡੇ ਆਫ VOTING ਕਰਦੇ ਬਟ ਇਸ ਸਾਲ ਕੋਈ ਉਮੀਦ ਨਹੀਂ ਹੈਗੀ ਕਿ ਇਸ ਤਰ੍ਹਾਂ ਦਾ ਕੋਈ ਅਕਟੋਬਰ ਸਰਪ੍ਰਾਈਜ਼ ਜਿਨੂੰ ਕਿਹਾ ਜਾਂਦਾ ਹੈ ਸਾਨੂੰ ਵੇਖਣ ਨੂੰ ਮਿਲੇਗਾ ਬਿਕਾਜ਼ ਵਾਂਸ ਅਗੇਨ ਅ ਅੱਧੇ ਤੋਂ ਜ਼ਿਆਦਾ ਐਲੀਜੀਬਲ ਵੋਟਰਸ ਨੇ ਆਲਰੇਡੀ ਆਪਣੀ ਵੋਟ ਪਾਤੀ ਹੈ ਸੋ ਅਗਲੇ 6 ਦਿਨਾਂ ਚ ਕੁਝ ਵੀ ਇਸ ਤਰ੍ਹਾਂ ਦੀ ਖਬਰ ਨਿਕਲਦੀ ਹੈ ਉਹਦਾ ਕੋਈ ਇਫੈਕਟ ਨਹੀਂ ਹੋਏਗਾ ਬਟ ਵਾਂਸ ਅਗੇਨ ਜੋ ਬਾਕੀ ਵੋਟਰਸ ਹਨ ਦੇਖਦੇ ਆ ਕਿ ਉਹ ਆਪਣੀ ਵੋਟ ਕਿਸ ਤਰ੍ਹਾਂ ਪਾਣਦੇ ਆ ਪ੍ਰੋਗਰਾਮ ਬਿਲਕੁਲ ਇਸ ਤਰ੍ਹਾਂ ਚੱਲਦਾ ਰਹੇਗਾ ਤੁਸੀਂ ਸਾਡੇ ਨਾਲ ਜੁੜੇ ਰਹੋ ਮਿਲਦੇ ਆ ਬ੍ਰੇਕਫਾਸਟ ਬਾਅਦ ब्रेक ਤੋਂ ਬਾਅਦ ਸਾਰਿਆਂ ਦਾ ਇੱਕ ਬਾਰੀ ਫਿਰ ਸਵਾਗਤ ਪ੍ਰੋਗਰਾਮ ਅਜਦਾ ਮੁੱਦਾ ਦੇ ਵਿੱਚ ਗੱਲ ਹੋ ਰਹੀ ਹੈ ਕਿ ਜਿੱਥੇ ਸਿਰਫ 7 ਦਿਨ ਰਹਿ ਗਏ ਹੈ ਯੂਨਾਈਟਿਡ ਸਟੇਟਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਵਕ ਵਕ ਸਟੇਟਸ ਡਿਸਾਈਡ ਕਰਨਗੀ ਕਿ कौन नेक्स्ट प्रेसिडेंट बंदा है यूनाइटेड स्टेट्स दा प्रोग्राम बिल्कुल लाइव तौर नाल पेश कर रहे हैं ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਮੈਨੂੰ ਬਹੁਤ ਫੀਡਬੈਕ ਮਿਲ ਰਿਹਾ ਸਾਡੇ ਸਾਰੇ ਵਿਊਅਰਸ ਤੋਂ ਸਾਡੀ ਇਲੈਕਸ਼ਨ ਕਵਰੇਜ ਨੂੰ ਲੈ ਕੇ ਕਈਆਂ ਦੀ ਸਪੋਰਟ ਦੇ ਨਾਲ ਤੇ ਕਈਆਂ ਦੀ ਆਪਾਂ ਕਹਿ ਸਕਦੇ ਹਾਂ ਗੁੱਸੇ ਦੇ ਨਾਲ ਬਟ ਇਦਰ ਵੇ ਆਮ ਗਲੈਡ ਕਿ ਤੁਸੀਂ ਵਾਚ ਕਰ ਰਹੇ ਹੋ ਪ੍ਰੋਗਰਾਮ ਨੂੰ ਐਂਡ ਪਾਰਟਿਸਿਪੇਟ ਕਰ ਰਹੇ ਹੋ ਇਸ ਪ੍ਰੋਸੈਸ ਦੇ ਵਿੱਚ ਦੈਟਸ ਦ ਮੋਸਟ ਇੰਪੋਰਟੈਂਟ ਥਿੰਗ ਪਗਲ ਕਰ ਰਹੀ ਸੀ ਕਿ ਕੁਝ ਸਟੇਟਸ ਇਸ ਇਲੈਕਸ਼ਨ ਨੂੰ ਡਿਸਾਈਡ ਕਰਨਗੀ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਇੱਕ ਮੈਪ ਇਹ ਇੱਕ ਪ੍ਰੋਜੈਕਟਡ ਮੈਪ ਹੈ ਤੁਸੀਂ ਕਹਿ ਲਓ ਇੱਕ ਐਸਟੀਮੇਟ ਹੈਗਾ ਕਿ ਇਸ ਕੰਟਰੀ ਦਾ ਜੋ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈ ਇਲੈਕਟੋਰਲ ਵੋਟਸ ਦੇ ਨਾਲ ਡਿਸਾਈਡ ਹੁੰਦਾ ਹੈ ਤੇ ਇਲੈਕਟੋਰਲ ਵੋਟਸ ਹਰ ਇੱਕ ਸਟੇਟ ਦੇ ਕੋਲ ਇੱਕ ਡਿਫਰੈਂਟ ਨੰਬਰ ਆਫ ਵੋਟਸ ਹੁੰਦੀ ਹੈ ਡਿਪੈਂਡਿੰਗ ਔਨ ਕਿ ਉਹਨਾਂ ਦੇ ਕਿੰਨੇ ਰੈਪ੍ਰੈਜ਼ੈਂਟੇਟਿਵਸ ਗਵਰਨਮੈਂਟ ਵਿੱਚ ਹੈਗੇ ਇਨਕਲੂਡਿੰਗ ਯੋਰ ਸੈਨੇਟ ਐਂਡ ਯੋਰ ਕਾਂਗਰਸ ਸੋ ਜਿੱਥੇ ਕੈਲੀਫੋਰਨੀਆ ਦੇ ਫਾਰ ਐਗਜ਼ਾਮਪਲ 53 ਕਾਂਗਰਸਮੈਨ ਹੈਗੇ ਕਾਂਗਰਸਮੈਨ ਐਂਡ ਔਰ ਸੈਨੇਟਰਸ ਉਹਨਾਂ ਦਾ ਨੰਬਰ ਟੋਟਲ ਵੋਟਸ ਦਾ 55 ਬਣ ਜਾਂਦਾ ਹੈ ਜੋ ਵੀ ਕੈਂਡੀਡੇਟ ਉਸ ਸਟੇਟ ਦੇ ਵਿੱਚ ਮੈਜੋਰਿਟੀ ਲੈ ਲਿੰਦਾ ਹੈ ਸਟੇਟ ਦੀ ਵੋਟਸ ਦੀ ਉਹਨਾਂ ਨੂੰ ਉਹ ਸਾਰੇ 55 ਦੇ ਪੁਆਇੰਟਸ ਮਿਲ ਜਾਂਦੇ ਆ ਜਿੱਤਣ ਲਈ ਤੁਹਾਨੂੰ 270 ਪੁਆਇੰਟਸ ਇਲੈਕਟੋਰਲ ਕਾਲਜ ਪੁਆਇੰਟਸ ਚਾਹੀਦੇ ਹੈ ਵਿਨ ਕਰਨ ਲਈ ਇਸ ਕੰਟਰੀ ਦਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸੋ ਇਹਦੇ ਵਿੱਚ ਜੋ ਸਵਿੰਗ ਸਟੇਟਸ ਦਾ ਰੋਲ ਹੁੰਦਾ ਹੈ ਸਵਿੰਗ ਸਟੇਟਸ ਜਿਸ ਤਰ੍ਹਾਂ ਤੁਹਾਨੂੰ ਦੱਸ ਰਹੀ ਸੀ ਇਸ ਸਾਲ ਜੋ ਸਾਡੀ ਸਭ ਤੋਂ ਇੰਪੋਰਟੈਂਟ ਸਵਿੰਗ ਸਟੇਟਸ ਹਨ ਮਿਸ਼ੀਗਨ ਵਿਸਕਾਂਸਨ ਪੈਨਸਿਲਵੇਨੀਆ ਇਹ ਇੰਪੋਰਟੈਂਟ ਇਸ ਕਰਕੇ ਹੈਗੇ ਪਾਵੇਂ ਉਹਨਾਂ ਦੇ ਨੰਬਰਸ ਇੰਨੇ ਜ਼ਿਆਦਾ ਨਹੀਂ ਹਨ ਅਗਰ ਆਪਾਂ ਵਿਸਕਾਂਸਨ ਦੀ ਗੱਲ ਕਰੀਏ ਵਿਸਕਾਂਸਨ ਦੇ ਕੋਲ ਸਿਰਫ 10 ਇਲੈਕਟੋਰਲ ਵੋਟਸ ਹਨ ਬਟ ਦ ਪੁਆਇੰਟ ਇਜ਼ ਕਿ ਜੋ ਸੋਲਿਡਲੀ ਤੁਹਾਡੇ ਬਲੂ ਤੇ ਸੋਲਿਡਲੀ ਤੁਹਾਡੇ ਰੈੱਡ ਸਟੇਟਸ ਹਨ ਉਹ ਤਾਂ ਲੋਕਾਂ ਨੂੰ ਐਸਟੀਮੇਟ ਹੁੰਦਾ ਹੀ ਹੈ ਕਿ ਇਹਨਾਂ ਨੇ ਇਸ ਪਾਸੇ ਜਾਣਾ ਹੈ ਬਟ ਇਹ ਜੋ ਸਵਿੰਗ ਸਟੇਟਸ ਹਨ ਇਹ ਕਿਸੇ ਵੀ ਪਾਸੇ ਜਾ ਕੇ ਇਲੈਕਸ਼ਨ ਨੂੰ ਮੋੜ ਸਕਦੀਆਂ ਜਿਸ ਤਰ੍ਹਾਂ 2016 ਵਿੱਚ ਆਪਾਂ ਵੇਖਿਆ ਸੀ ਹਿਲਰੀ ਕਲਿੰਟਨ ਬਹੁਤ ਬੁਰੀ ਤਿਹ ਤਰ੍ਹਾਂ ਪੈਂਸਿਲਵੇਨੀਆ ਮਿਸ਼ੀਗਨ ਵਿਸਕான்ਸਨ ਨੂੰ ਹਾਰ ਗਏ ਸੀ इवन दो ਉਹ ਸਟੇਟਸ ਟ੍ਰੈਡੀਸ਼ਨਲੀ ਡੈਮੋਕ੍ਰੇਟਸ ਦੇ ਹੱਕ ਦੇ ਵਿੱਚ ਆਪਣੀ ਵੋਟ ਪਾਉਂਦੇ ਐ ਬਟ ਬਿਕਾਜ਼ ਸ਼ੀ ਲੌਸ ਥੈਮ ਉਹਨਾਂ ਨੂੰ ਉਹ ਪੂਰੀ ਵਿਕਟਰੀ ਕਾਸਟ ਕਰ ਗਏ ਸੋ ਵਿਸਕான்ਸਨ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਰੂਲਿੰਗ ਅੱਜ ਡਿਸਾਈਡ ਹੋਈ ਹੈ ਉਹਨਾਂ ਦੇ ਸੁਪਰੀਮ ਕੋਰਟ ਉਹਨਾਂ ਦੇ ਇਲੈਕਸ਼ਨ अर्ली VOTING ਨੂੰ ਲੈ ਕੇ ਜਿਸ ਤਰ੍ਹਾਂ ਤੁਹਾਨੂੰ ਦੱਸ ਰੇ ਸੀ ਕਿ ਪਿਛਲੇ ਹਫਤੇ ਪੈਂਸਿਲਵੇਨੀਆ ਦੀ ਰੂਲਿੰਗ ਇੱਕ ਸਿਮਿਲਰ ਰੂਲਿੰਗ ਨੇ ਡਿਸਾਈਡ ਕੀਤਾ ਸੀ ਕਿ ਪੈਂਸਿਲ ਪेंसिल्ਵੇਨੀਆ ਸਟੇਟ ਦੇ ਵਿੱਚ ਅਗਰ ਤੁਸੀਂ ਆਪਣਾ ਮੇਲ ਇਨ ਬੈਲਟ ਸੈਂਡ ਕਰ ਰਹੇ ਹੋ ਤੁਹਾਡੇ ਕੋਲ ਤਿੰਨ ਐਕਸਟਰਾ ਦਿਨ ਹੋਣਗੇ ਉਸ ਬੈਲਟ ਨੂੰ ਰਿਸੀਵ ਕਰਨ ਲਈ ਸਟੇਟ ਨੂੰ ਸੋ ਫॉर ਇਗਜ਼ਾਮਪਲ ਇਲੈਕਸ਼ਨ ਨਵੰਬਰ 3 ਨੂੰ ਹੈਗਾ ਅਗਰ ਤੁਹਾਡਾ ਮੇਲ ਇਨ ਬੈਲਟ ਪੈਂਸਿਲਵੇਨੀਆ ਦੇ ਵਿੱਚ ਇਲੈਕਸ਼ਨ ਤੁਹਾਡੀ ਕਾਉਂਟੀ ਜੋ ਇਲੈਕਸ਼ਨ ਕੰਡਕਟ ਕਰ ਰਹੀ ਹੈ ਉਹਨਾਂ ਦੇ ਕੋਲ ਪਹੁੰਚ ਜਾਂਦਾ ਹੈ ਨਵੰਬਰ 6 ਤੱਕ ਉਗਨੇ ਆ ਜਾਏਗਾ ਸਿਮਿਲਰਲੀ ਵਿਸਕੋਂਸਿਨ ਦੇ ਵਿੱਚ ਇੱਕ ਟ੍ਰਾਇਲ ਵਿੱਚ ਤੁਸੀਂ ਕਹਿ ਲੋ ਕੇਸ ਚੱਲ ਰਿਹਾ ਸੀ ਕਿ ਵਿਸਕੋਂਸਿਨ ਦੀ ਡੈਡਲਾਈਨ ਫॉर ਰੀਸੀਵਿੰਗ ਐਬਸੈਂਟੀ ਬੈਲਟਸ 6 ਦਿਨ ਤੱਕ ਐਕਸਟੈਂਡ ਹੋਣੀ ਚਾਹੀਦੀ ਹੈ ਉਸ ਰੂਲਿੰਗ ਨੂੰ ਇਸ ਕਰੰਟ ਸੁਪਰੀਮ ਕੋਰਟ ਨੇ ਰਿਜੈਕਟ ਕਰਤਾ ਹੈ Currently, the Supreme Court, the which nine justices on there. Actually, uh, I take that back. Uh, Judge Amy Coney Barrett was confirmed today, so Supreme Court, the which nine justices restored ho been restored. But this ruling, the time the which eight justices, which are conservative blocs, si have suddenly conservative vote by. The thing is that, the election is not going to time. They are the deadline. They are not going to extend the uh, deadline. ਜਿਹੜੀ ਬੈਲਟਸ ਮੇਲ ਕਰ ਰਹੇ ਹਨ ਉਹ ਬੈਲਟਸ ਨੂੰ ਸਾਡੇ ਕੋਲ ਪਹੁੰਚਣਾ ਹੈ ਬਾਈ ਨਵੰਬਰ 3rd ਅਗਰ ਉਹ ਨਵੰਬਰ 3rd ਤੱਕ ਤੁਹਾਡੇ ਵਿਸਕੌਂਸਨ ਦੇ ਵਿੱਚ ਅਰਲੀ VOTING ਦੇ ਬੈਲਟਸ ਨਹੀਂ ਪਹੁੰਚਦੇ ਤੁਹਾਡੀ VOTING ਤੁਹਾਡੀ ਕਾਉਂਟੀ ਤੱਕ ਔਰ ਬੈਲਟ ਨਹੀਂ ਗਿਨਿਆ ਜਾਏਗਾ ਸੋ ਇੱਕ ਵਾਰੀ ਫਿਰ ਅਗਰ ਤੁਸੀਂ ਵਿਸਕான்ਸਿਨ ਵਿੱਚ ਰਹਿ ਰਹੇ ਹੋ ਸਭ ਤੋਂ ਪਹਿਲੇ ਤਾਂ ਜ਼ਰੂਰ ਸਾਨੂੰ ਕਾਲ ਕਰਕੇ ਦੱਸੋ ਅਗਰ ਤੁਸੀਂ ਇਸ ਪ੍ਰੋਸੈਸ ਵਿੱਚ ਸ਼ਾਮਿਲ ਹੋਏ ਹੋ ਤੁਸੀਂ ਵੋਟ ਪਾਈ ਹੈ अर्ਲੀ VOTING ਦੇ ਵਿੱਚ ਹਿੱਸਾ ਲਿੱਤਾ ਹੈ ਜਾਂ ਤੁਹਾਡਾ ਕੀ ਪਲਾਨ ਹੈ ਵੋਟ ਪਾਉਣ ਦਾ ਬਟ ਮੋਰ ਇੰਪੋਰਟੈਂਟਲੀ ਵਿਸਕਨਸਨ ਦੇ ਵਿੱਚ ਜੋ ਡੈਮੋਕ੍ਰੈਟਿਕ ਪਾਰਟੀ ਹੈਗੀ ਉਹ ਇਸ ਮੌਕੇ ਨੂੰ ਲੈ ਕੇ ਬਹੁਤ ਵੱਡੇ ਲੈਵਲ ਤੇ ਰਿਸਪੌਂਡ ਕਰ ਰਹੀ ਹੈ ਇਸ ਰੂਲਿੰਗ ਨੂੰ ਇਨ ਫੈਕਟ ਜੋ ਵਿਸਕਨਸਨ ਦੀ ਡੈਮੋਕ੍ਰੈਟਿਕ ਪਾਰਟੀ ਹੈ ਉਹ ਬਹੁਤ ਹੀ ਤੁਸੀਂ ਕਹਿ ਲੋ ਵੈਲ ਆਰਗੇਨਾਈਜ਼ ਮਨੇ ਜਾ ਰਹੇ ਤੇ ਵੈਲ ਫੰਡਡ ਉਹਨਾਂ ਦੇ ਕੋਲ ਕਾਫੀ ਫੰਡਿੰਗ ਦੇ ਰਿਜ਼ਰਵਸ ਹਨ ਐਂਡ ਉਹ ਆਪਣੀ ਆਰਗੇਨਾਈਜੇਸ਼ਨ ਐਂਡ ਪੈਸੇ ਨੂੰ ਯੂਜ਼ ਕਰ ਰਹੇ ਹੈ ਸਾਰੇ ਵੋਟਰਸ ਨੂੰ ਇਨਕਰੇਜ ਕਰਨ ਲਈ ਕਿ ਜੋ ਤੁਹਾਡਾ ਐਬਸੈਂਟੀ ਬੈਲਟ ਹੈ ਉਹਨੂੰ ਜਿੰਨੀ ਜਲਤੋਂ ਜਲਤ ਤੁਸੀਂ ਰਿਟਰਨ ਕਰ ਸਕਦੇ ਹੋ ਉਹਨੂੰ ਰਿਟਰਨ ਕਰੋ ਐਂਡ ਰਿਟਰਨ ਕਰਨ ਲਈ ਤੁਸੀਂ ਮੇਲ ਨਾ ਯੂਜ਼ ਕਰੋ ਯੈਸ ਆਈ ਨੋ ਇੱਕ ਬੜੀ ਫਿਰ ਅਗਰ ਤੁਸੀਂ ਵਿਸਕੌਨਸਿਨ ਵਿੱਚ ਹੈਗੇ ਤੁਸੀਂ अर्ली वोटिंग ਦੇ ਵਿੱਚ ਹਿੱਸਾ ਲੈ ਰਹੇ ਹੋ ਆਪਣੇ ਬੈਲਟਸ ਨੂੰ ਮੇਲ ਵਿੱਚ ਨਾ ਪਾਓ ਬਿਕੋਜ਼ ਸ਼ਾਇਦ ਇੱਕ ਤੁਸੀਂ ਕਹਿ ਲਓ স্মॉल ਚਾਂਸ ਹੈਗਾ ਕਿ ਅਗਰ ਤੁਸੀਂ ਕੱਲ ਵੀ ਜਾ ਕੇ ਮੇਲ ਦੇ ਵਿੱਚ ਆਪਣਾ ਬੈਲਟ ਪਾ ਦਿੰਦੇ ਹੋ that ਉਹ ਬੈਲਟ ਨਹੀਂ ਰੀਸੀਵ ਹੋਏਗਾ ਅਗਲੇ ਟਿਊਜ਼ਡੇ ਤੱਕ ਸੋ ਉੱਥੇ ਵਿਸਕੋਂਸਿਨ ਦੇ ਵਿੱਚ ਖਾਸ ਕਰਕੇ ਡੈਮੋਕ੍ਰੈਟਿਕ ਪਾਰਟੀ ਇਨਸਿਸਟ ਕਰ ਰਹੀ ਹੈ ਕਿ ਤੁਸੀਂ ਆਪਣਾ ਬੈਲਟ ਲੈ ਕੇ ਇਨ ਪਰਸਨ ਉਨੂੰ ਡਿਲੀਵਰ ਕਰੋ ਜੋ ਤੁਹਾਡੀ ਪੋਲਿੰਗ ਸਾਈਟ ਹੈਗੀ ਆਮ ਐਂਡ ਆਫਕੋਰਸ ਇਹ ਜਾਣਕਾਰੀ ਤੁਸੀਂ ਆਨਲਾਈਨ ਸਰਚ ਕਰ ਸਕਦੇ ਹੋ ਇੱਕ ਬਹੁਤ ਵਧੀਆ ਵੈਬਸਾਈਟ ਇਸ ਚੀਜ਼ ਲਈ vote.org ਤੁਸੀਂ ਆਪਣੀ ਇਨਫਰਮੇਸ਼ਨ ਆਪਣਾ ਐਡਰੈਸ ਉਹ ਦੇਚ ਪਾ ਕੇ ਇਹ ਦੇਖ ਸਕਦੇ ਕਿ ਤੁਹਾਡੀ ਪੋਲਿੰਗ ਪਲੇਸ ਕੀ ਹੈਗੀ अर्ਲੀ ਪੋਲਿੰਗ ਪਲੇਸ ਕੀ ਹੈਗੀ ਉਹਦੇ ਆਵਰਸ ਕੀ ਹਨ ਆਮ ਸੋ ਦ the biggest news out of Wisconsin is ke um tode call apne ballots send karne liye extra time nahi hoyega jinadi bhi vote wisconsin ਦੇ ਵਿੱਚ ਅਗਲੇ ਟਿਊਸਡੇ ਤੱਕ ਰੀਸੀਵ ਹੋ ਜਾਂਦੀ ਹੈ ਉਹੀ ਕਾਊਂਟ ਹੋਣਗੀ um uh, this is vote.org once again ਇਹ ਵੈਬਸਾਈਟ ਤੁਹਾਨੂੰ ਜਾਣਕਾਰੀ ਦਿੰਦੀ ਹੈ ਕਿ ਅਗਰ ਤੁਹਾਡੀ ਪੋਲਿੰਗ ਪਲੇਸ ਚੇਂਜ ਹੋਈ ਹੈ ਕੋਵਿਡ ਕਰਕੇ ਤੁਸੀਂ ਰਜਿਸਟਰਡ ਹੋ 올 ਆਫ दिस ਇਨਫੋਰਮੇਸ਼ਨ ਤੁਸੀਂ ਇਸ ਵੈਬਸਾਈਟ ਰਾਹੀਂ ਪਾ ਸਕਦੇ ਹੋ ਵਾਂਸ ਅਗੇਨ ਦੈਟਸ vote.org um so uh, once again wisconsin ਤਾਂ ਚਲੋ ਇੱਕ ਸਟੇਟ ਹੈਗੀ ਬਟ ਇਸ ਇਲੈਕਸ਼ਨ ਦੇ ਵਿੱਚ ਬਹੁਤ ਸਰਪ੍ਰਾਈਜ਼ਿੰਗ ਤਰੀਕੇ ਨਾਲ ਕਾਫੀ ਸਾਰੀ ਸਟੇਟਾਂ ਇੱਕ ਤਾਂ ਬੈਟਲ ਗਰਾਉਂਡ ਸਟੇਟਸ ਬਣ ਗਈਆਂ ਹਨ ਐਂਡ ਉਹ ਇਮਰਜ ਹੋ ਰਹੀ ਹਨ ਐਸ ਦੀ ਮੇਕ অর ਬ੍ਰੇਕ ਸਟੇਟਸ ਕਿ ਅਗਰ ਕੈਂਡੀਡੇਟਸ ਇਨ ਸਟੇਟਸ ਨੂੰ ਜਿੱਤ ਜਾਂਦੇ ਹੈ ਉਸ਼ਾਦ ਇਲੈਕਸ਼ਨ ਨੂੰ ਜਿੱਤ ਜਾਣਗੇ ਤੇ ਉਹਨਾਂ ਦੇ ਵਿੱਚੋਂ ਜੋ ਸਭ ਤੋਂ ਵੱਡੇ ਲੈਵਲ ਤੇ ਇਸ ਤਰ੍ਹਾਂ ਇਮਰਜ ਹੋ ਰਹੀ ਹੈ ਉਹ ਹੈ ਕਿ ਪੈਂਸਿਲਵੇਨੀਆ ਐਂਡ ਜਸਟ ਤੁਹਾਨੂੰ ਦੱਸਿਆ ਪੈਂਸਿਲਵੇਨੀਆ ਦੇ ਵਿੱਚ ਸਿਰਫ ਕੱਲ ਦੀ ਹੀ ਗੱਲ ਹੈ ਇੱਕ ਹੋਰ ਸ਼ੂਟਿੰਗ ਪੁਲਿਸ ਐਂਡ ਇੱਕ ਆਫਰੀਕਨ ਅਮਰੀਕਨ ਨੂੰ ਇਨਵੋਲਵ ਕਰਦੇ ਹੋਏ ਹੋਈ ਕਾਫੀ ਸਾਰੇ ਪੁਲਿਸ ਆਫਿਸਰਸ ਹਰਟ ਹੋਏ ਸਨ ਇੱਕ ਤੁਸੀਂ ਕਹਿ ਲਓ ਇੰਡੀਵਿਜੂਅਲ ਦੀ ਮੌਤ ਵੀ ਹੋਈ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਪ੍ਰੋਵਾਈਡ ਕਰਾਂਗੇ ਬ੍ਰਿਕ ਦੋਸਤ ਬਾਅਦ ਸਿੱਧਕ ਤਬਾਦਿਕ ਬੜੀ ਫਿਰਸਟ ਆਨ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਕਿੰਨਾ ਕਿੰਪੋਰਟੈਂਟ ਹੈ ਪੈਂਸਿਲਵੇਨੀਆ ਨੂੰ ਜਿੱਤਣਾ ਭਾਵੇਂ ਪ੍ਰੈਜ਼ੀਡੈਂਟ ਟਰੰਪ ਨੇ ਜਾਂ ਕੈਂਡੀਡੇਟ ਜੋ ਬਾਈਡਨ ਨੇ ਕੀ ਉਹ ਇਸ ਇਲੈਕਸ਼ਨ ਨੂੰ ਵਿਨ ਕਰ ਸਕਦੇ ਆ ਪੈਂਸਿਲਵੇਨੀਆ ਤੋਂ ਬਿਨਾ ਜੋ ਸਾਡੇ ਪੋਲਸ ਇਸ ਵੇਲੇ ਸਾਨੂੰ ਦੱਸ ਰਹੇ ਆ ਜੋ ਬਾਈਡਨ ਨੇ ਪੈਂਸਿਲਵੇਨੀਆ ਜਿੱਤਣਾ ਇੰਨਾ ਇੰਪੋਰਟੈਂਟ ਨਹੀਂ ਹੈ ਪ੍ਰੈਜ਼ੀਡੈਂਟ 트럼ਪ ਲਈ ਪੈਂਸਿਲਵੇਨੀਆ ਨੂੰ ਜਿੰਨਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ ਇਸ ਵੇਲੇ ਆ ਪੈਂਸਿਲਵੇਨੀਆ ਦੀ ਤੁਸੀਂ ਕਹਿ ਲਓ ਜੋ ਇਲੈਕਟਰਲ ਵੋਟਸ ਹਨ ਉਹ ਕਾਫੀ ਹਾਈ ਨੰਬਰ ਵੀ ਹੈਗੇ ਤੇ ਪੈਂਸਿਲਵੇਨੀਆ ਇੱਕ ਇਹੋ ਜੀ ਸਟੇਟ ਹੈ ਜਿਹਦੇ ਵਿੱਚ ਬਹੁਤ ਹਾਈ ਨੰਬਰ ਆਫ ਅਰਬਨ ਏਰੀਆਜ਼ ਡਾਈਵਰਸਿਟੀ ਵੀ ਹੈਗੀ ਜਿਸ ਤਰ੍ਹਾਂ ਫਿਲਡਲਫੀਆ ਤੁਸੀਂ ਗਿਣ ਸਕਦੇ ਹੋ ਆ ਪਲੱਸ ਪੈਂਸਿਲਵੇਨੀਆ ਦੇ ਵਿੱਚ ਇੱਕ ਐਲਡਰਲੀ ਜਾਂ 올ਡਰ ਇਲੈਕਟਰੇਟ ਵੀ ਹੈਗਾ ਜੋ ਉਹਨੂੰ ਕਦੀਕbaar ਤੁਸੀਂ ਕਹਿ ਲਓ ਰੈਡ ਬਣਾ ਦਿੰਦੀ ਹੈ ਜਾਂ ਕੰਸਰਵੇਟਿਵ ਰਿਪਬਲਿਕਨ ਲੀਨਿੰਗ ਬਣਾ ਦਿੰਦੀ ਹੈ ਪੈਂਸਿਲਵੇਨੀਆ ਨੂੰ 2016 ਦੇ ਵਿੱਚ ਪ੍ਰੈਜ਼ੀਡੈਂਟ 트럼ਪ ਜਿੱਤ ਗਏ ਸੀ ਇਟ ਵਾਸ ਅ ਬਿਗ ਸਰਪ੍ਰਾਈਜ਼ ਆਨੈਸਟਲੀ ਕੇਲਰਿਕ ਲਿੰਟਨ ਉਹਨਾਂ ਦੇ ਕੈਂਪ ਨੇ ਐਕਸਪੈਕਟ ਨਹੀਂ ਕੀਤਾ ਸੀ ਕਿ ਉਹ ਪੈਂਸਿਲਵੇਨੀਆ ਨੂੰ ਹਾਰਨਗੇ ਬਟ ਦੇ ਡਿਡ ਲੂਜ਼ ਇੱਕ ਛੋਟੀ ਮਾਰਜਨ ਦੇ ਰਾਹੀਂ ਸੋ ਪੈਂਸਿਲਵੇਨੀਆ ਨੂੰ ਲੈ ਕੇ ਕੀ ਕੁਝ ਹੋ ਰਿਹਾ ਹੈ ਇਸ ਇਲੈਕਸ਼ਨ ਨੂੰ ਕਿਸ ਤਰ੍ਹਾਂ ਇਫੈਕਟ ਹੋਏਗਾ ਇਸ ਚੀਜ਼ ਦੇ ਵਿੱਚ ਇੱਕ ਨਵੀਂ ਖਬਰ ਜੋ ਸਿਰਫ ਕੱਲ ਹੀ ਹੋਈ ਹੈ ਇੱਕ ਸ਼ੂਟਿੰਗ ਫਿਲਡਲਫੀਆ ਦੇ ਵਿੱਚ ਇੱਕ ਹੋਰ ਸਿਵਲ ਅਨਰੈਸਟ ਦੇ ਪ੍ਰੋਟੈਸਟ ਐਂਡ ਲੂਟਿੰਗ ਸਾਨੂੰ ਵੇਖਣ ਨੂੰ ਮਿਲੀ ਹੈ ਇੱਕ ਅ ਤੁਸੀਂ ਕਹਿ ਲਓ ਅਨਸਟੇਬਲ ਅਫਰੀਕਨ ਅਮਰੀਕਨ ਮੈਨ ਨੂੰ ਜਿਹਦੇ ਹੱਥ ਇੱਕ ਨਾਈਫ ਸੀਗਾ ਪੁਲਿਸ ਆਫਿਸਰਸ ਨੇ ਜਦੋਂ ਉਸ ਕਾਲ ਤੇ ਰਿਸਪੌਂਡ ਕੀਤਾ ਉਹਨੂੰ ਸ਼ੂਟ ਕਰਕੇ ਮਾਰਤਾ ਐਂ ਉਸ ਕਰਕੇ ਬਿਕਾਜ਼ ਹੀ ਵਾਸ ਐਨ ਆਫਰੀਕਨ ਅਮਰੀਕਨ ਮੈਨ ਉਹਦੇ ਪਰਵਾਰ ਨੇ ਇਹ ਵੀ ਕਿਹਾ ਹੈ ਕਿ ਉਹ ਮੈਂਟਲੀ ਅਨਸਟੇਬਲ ਸੀਗਾ ਇਸ ਚੀਜ਼ ਨੂੰ ਲੈ ਕੇ ਕਾਫੀ ਅਨਰੈਸਟ ਆਲਰੇਡੀ ਵੇਖਣ ਨੂੰ ਮਿਲੀ ਹੈ ਫਿਲਡਲਫੀਆ ਤੇ ਉਸ ਏਰੀਆ ਦੇ ਵਿੱਚ ਸਾਡੇ ਉਥੇ ਦੇ ਬਿਊਰੋ ਚੀਫ ਮਿਸਟਰ ਨਿਕ ਭਾਟ ਸਾਨੂੰ ਜੁਆਇਨ ਕਰ ਰਿਹਾ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਔਨ ਦਾ ਗਰਾਉਂਡ ਡੀਟੈਲਸ ਦੇਨ ਨਿਕ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਗਟ ਟੂ ਹੈਵ ਯੂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਥੈਂਕ ਯੂ ਤਾਂ ਉੱਥੇ ਹੀ ਦੂਸਰੀ ਸਾਈਡ ਤੇ ਜਦੋਂ ਆਪਾਂ ਜਾਣਦੇ ਆ ਕੀ ਅੱਜ ਇੱਕ ਮੇਰੀ ਇੱਕ ਡਿਊਟੀ ਬਣਦੀ ਸੀਗੀ ਜਿਸ ਤਰ੍ਹਾਂ ਆਪਾਂ ਇੱਥੇ ਆਪਣਾ ਸਟੂਡੀਓ ਜਸ ਪੰਜਾਬੀ ਦਾ ਸਟੈਬਲਿਸ਼ ਕੀਤਾ ਵਾ ਇੱਕ ਨਵੀਂ ਮਾਰਕੀਟ ਸਟੈਬਲਿਸ਼ ਕੀਤੀ ਆ ਤਾਂ ਉਸ ਦੇ ਵਿੱਚ ਇਹ ਕੁਝ ਇਹੋ ਜਿਹਾ ਹੋਇਆ ਤੇ ਉਹ ਸਾਡਾ ਦਿਖਾਉਣਾ ਫਰਜ਼ ਬਣਦਾ ਆ ਕਿਉਂਕਿ ਬੜਾ ਨਾਜ਼ੁਕ ਆ ਸਿਚੁਏਸ਼ਨ ਜਿਹੜੀ ਹੈ ਇਲੈਕਸ਼ਨਸ ਦੀ ਬਹੁਤ ਨਾਜ਼ੁਕ ਸਿਚੁਏਸ਼ਨ ਚੱਲ ਰਹੀ ਹੈ ਇਸ ਟਾਈਮ ਦੇ ਉੱਪਰ ਇਸ ਟਾਈਮ ਦੇ ਉੱਪਰ ਇਹੋ ਜਿਹਾ ਕੁਝ ਜਦੋਂ ਵਾਪਰਦਾ ਆ ਹੁੰਦਾ ਆ ਤਾਂ ਉਸ ਦਾ ਇਫੈਕਟ ਪੈਂਦਾ ਵਾ ਕਿਤੇ ਨਾ ਕਿਤੇ ਜਾ ਕੇ ਸੋ ਮੈਂ ਆਪਣੀ ਕੋਸ਼ਿਸ਼ ਕੀਤੀ ਮੈਂ ਜੀ ਮੈਂ ਮੈਂ ਉਸ ਜਗ੍ਹਾ ਤੇ ਗਿਆ ਵਾ ਜੀ ਮੈਂ ਸਾਰਿਆਂ ਨੂੰ ਇਹ ਮੈਂ ਸਾਰਿਆਂ ਨੂੰ ਇਹ ਹੀ ਦੱਸਣਾ ਚਾਹਦੀ ਸੀ ਬਿਫੋਰ ਆਪਾਂ ਤੁਹਾਡੀ ਸਾਰੀ ਵੀਡੀਓਜ਼ ਐਂਡ ਕਵਰੇਜ ਨੂੰ ਸ਼ੇਅਰ ਕਰਦੇ ਹਾਂ ਕਿ ਨਾ ਕੇ ਤੁਸੀਂ ਸਿਰਫ ਸਾਰੇ ਓਨ ਏਰੀਆਜ਼ ਨੂੰ ਕਵਰ ਕੀਤਾ ਇਸ ਕਵਰੇਜ ਲਈ ਬਟ ਤੁਹਾਡੇ ਤੇ ਹਮਲਾ ਵੀ ਆਲਮੋਸਟ ਹੋਇਆ ਸੋ ਆਈ ਏਮ ਸੋ ਗਲੈਡ ਸਭ ਤੋਂ ਪਹਿਲੇ ਤੁਸੀਂ ਸੇਫ ਐਂਡ ਸਾਊਂਡ ਹੈਗੇ ਬਟ ਪਲੀਜ਼ ਸਾਨੂੰ ਦੱਸੋ ਤੁਸੀਂ ਪੂਰੇ ਦਿਨ ਇਸ ਚੀਜ਼ ਇਸ ਕਵਰੇਜ ਦੇ ਵਿੱਚ ਪੂਰੇ ਏਰੀਆ ਦੀ ਯੂ نو ਚਾਨਬੀਨ ਕੀਤੀ ਸੋ ਕੀ ਤੁਸੀਂ ਕੀ ਆਨ ਦਿ ਗਰਾਉਂਡ ਕੀ ਹੋ ਰਿਹਾ ਹੈ ਇਸ ਵੇਲੇ ਫਿਲਡਲਫੀਆ ਦੇ ਵਿੱਚ ਤੇ வால்ਟਰ ਵਾਲਸ ਦੇ ਸ਼ੂਟਿੰਗ ਨੂੰ ਲੈ ਕੇ ਕੀ ਮਾਹੌਲ ਬਣਿਆ ਹੋਇਆ ਜੀ ਜਿਹੜਾ ਸੱਚ ਜਿਹੜਾ ਸੱਚ ਇਹ ਹੈਗਾ ਆ ਕਿ வால்ਟਰ ਇੱਕ ਮਰੀਜ਼ ਸੀਗਾ ਲਾਈਕ ਦਿਮਾਗੀ ਸੰਤੁਲਨ ਜਾਂ ਉਸ ਤਰ੍ਹਾਂ ਦਾ ਆਊਟ ਆਫ ਕੰਟਰੋਲ ਹੋ ਜਾਂਦਾ ਸੀਗਾ ਜਿਸ ਕਰ ਜਿਸ ਤੇ ਚੱਲਦੇ ਉਹ ਕਾਲ ਗਈ ਆ ਪੁਲਿਸ ਹੈਡ ਕੁਆਟਰ ਦੇ ਵਿੱਚ ਤੇ ਫਿਰ ਦੋ ਪੁਲਿਸ ਆਫਸਰ ਨੇ ਜਦੋਂ ਰਿਸਪੌਂਡ ਕੀਤਾ ਤਾਂ ਉਹਨੇ ਅੱਗੋਂ ਪ੍ਰੋਪਰ ਉਹਨਾਂ ਉਹਨਾਂ ਨੂੰ ਲਾਈਕ ਰਿਸਪੌਂਸ ਨਹੀਂ ਦਿੱਤਾ ਉਹਨਾਂ ਨੂੰ ਪ੍ਰੋਪਰ ਉਹਨਾਂ ਦੇ ਨਾਲ ਕਿਉਂਕਿ ਉਹ ਕਿਤੇ ਨਾ ਕਿਤੇ ਕੁਝ ਸੀਗਾ ਤਾਂ ਉਸ ਫੈਮਿਲੀ ਨੂੰ ਕਾਲ ਕਰਨੀ ਪਈ ਉਸ ਜਗ੍ਹਾ ਦੇ ਉੱਪਰ ਪੁਲਿਸ ਹੈਡ ਕੁਆਟਰ ਨੂੰ ਤੇ ਜਦੋਂ ਪੁਲਿਸ ਆਫੀਸਰਸ ਰਿਸਪੌਂਸ ਕੀਤਾ ਉਸ ਜਗ੍ਹਾ ਤੇ ਉਹ ਥੋੜੀ ਇਹੋ ਜੀ ਗੱਲਬਾਤ ਹੋਈ ਕਿ ਜਦੋਂ ਕੰਟਰੋਲ ਤੋਂ ਬਾਹਰ ਹੋ ਗਿਆ ਜਿੱਥੇ ਪੁਲਿਸ ਆਫੀਸਰਸ ਨੇ ਆਪਣੇ ਆਪ ਨੂੰ ਸੇਫ ਨਹੀਂ ਸਮਝਿਆ ਜੋ ਦੇਖਣ ਤੇ ਸੁਣਨ ਚ ਆ ਰਿਹਾ ਵਾ ਤੇ ਉਸ ਤੋਂ ਉਸ ਤੋਂ ਦੂਜੇ ਪਾਸੇ ਜਦੋਂ ਆਪਾਂ ਗੱਲ ਕਰਦੇ ਆਂ ਤੇ ਉੱਥੇ ਜਦੋਂ ਮੈਂ ਗਿਆ ਗੱਲਬਾਤ ਕੀਤੀ ਤੇ ਉਹ ਇਹ ਵੀ ਕਹਿੰਦੇ ਕਿ ਉਹ ਇਸ ਚੀਜ਼ ਨੂੰ ਜਿਹੜੇ ਪੁਲਿਸ ਆਫੀਸਰਸ ਸੀਗੇ ਉਹਨੂੰ ਯੂਜ਼ ਕਰ ਸਕਦੇ ਸੀਗੇ ਕਿ ਪੈਰਾਂ ਦੇ ਵਿੱਚ ਗੋਲੀ ਮਾਰ ਦਿੰਦੇ ਜਾਂ ਯੂ نو ਸਮਥਿੰਗ ਐਲਸ ਸ਼ਾਟ ਹੋਰ ਵੀ ਕਈ ਤਰੀਕੇ ਹੁੰਦੇ ਨੇ ਕਹਿੰਦੇ ਉਹ ਵੀ ਅਪਣਾ ਸਕਦੇ ਸੀਗੇ ਪਰ ਜਦੋਂ ਤੁਸੀਂ ਉਹ ਵੀਡੀਓ ਨੂੰ ਦੇਖਦੇ ਹੋ ਅਸੀਂ ਵੀ ਉਸ ਵੀਡੀਓ ਨੂੰ ਦੇਖਿਆ ਵਾ ਤੇ ਉਹ ਲਾਈਕ ਆਊਟ ਆਫ ਕੰਟਰੋਲ ਆ ਤੇ ਅਸੀਂ ਪੁਲਿਸ ਆਫੀਸਰ ਹੁਣ ਨਾਲ ਵੀ ਉੱਥੇ ਗੱਲ ਕੀਤੀ ਸੀਗੀ ਤੇ ਉਹ ਕਹਿੰਦੇ ਕਿ ਲਾਈਕ ਜਦੋਂ ਅਸੀਂ ਸਾਨੂੰ ਪਤਾ ਆ ਕਿ ਤੁਹਾਡੇ ਨਾਲ ਹੋਵੇ ਕਿਸੇ ਨਾਲ ਹੋਵੇ ਕਿ ਤੁ ਤੁਹਾਡੇ ਤੇ ਇੱਕ ਹਮਲਾ ਹੋਣ ਲੱਗ ਰਿਹਾ ਵਾ ਕਿ ਭਾਵੇਂ ਉਹ ਨਾਈਫ ਆ ਤੇ ਭਾਵੇਂ ਗਾਨਿਆਂ ਤੁਸੀਂ ਆਪਣੀ ਸੇਫਟੀ ਦੇਖੋਗੇ ਤੇ ਇੱਕ ਹੋ ਸਕਦਾ ਵਾ ਕਿ ਉਹ ਜੇ ਇੱਕ ਪੁਲਿਸ ਆਫੀਸਰ ਨੂੰ ਹਰਟ ਕਰ ਦੇਵੇ ਉਹ ਥੱਲੇ ਹੋ ਜੇ ਤੇ ਹੋਰ ਵੀ ਲੋਕਾਂ ਨੂੰ ਹਰਟ ਕਰ ਦੇਵੇ ਤੇ ਉਹ ਇੱਕ ਜਗ੍ਹਾ ਤੇ ਉਹਨਾਂ ਨੇ ਆਪਣੀ ਜੌਬ ਕੀਤੀ ਉਸ ਜਗ੍ਹਾ ਦੇ ਉੱਪਰ ਤੇ ਦੂਸਰੀ ਜਗ੍ਹਾ ਤੇ ਲਾਈਕ ਦੋ ਪੱਖ ਨੇ ਉਹ ਦੋ ਪੱਖ ਦੀਆਂ ਗੱਲਾਂ ਨੇ ਤੇ ਉਸ ਦੇ ਵਿੱਚ ਜਦੋਂ ਆਪਾਂ ਗੱਲ ਇਹਨਾਂ ਚੀਜ਼ਾਂ ਦੇ ਵਿੱਚ ਜਾਣਦੇ ਆ ਤੇ ਉਹ ਕਈ ਵਾਰ ਸਮਝਣਾ ਬਹੁਤ ਔਖਾ ਹੋ ਜਾਂਦਾ ਹੈ ਬੜਾ ਮੁਸ਼ਕਲ ਹੋ ਜਾਂਦਾ ਮੈਂ ਐਬਸੋਲੂਟਲੀ ਐਬਸੋਲੂਟਲੀ ਨਿਕ ਮੈਂ ਇੱਥੇ ਥੋੜੀ ਜੀ ਹੋਰ ਇਨਫੋਰਮੇਸ਼ਨ ਈਵਰਜ਼ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਕਿ ਜੋ ਪੁਲਿਸ ਆਫੀਸਰਸ ਦੀ ਸ਼ੂਟਿੰਗ ਸੀਗੀ வால்ਟਰ ਵਾਲਸ ਦੀ ਉਹਦੀ ਇੱਕ ਫੋਨ ਤੇ ਕਿਸੇ ਨੇ ਬਣਾਈ ਵੀਡੀਓ ਜਦੋਂ ਰਿਲੀਜ਼ ਕੀਤੀ ਤਦ ਇਹ ਸਾਰੀ ਤੁਸੀਂ ਕਹੋ ਸਿਵਲ ਅਨਰੈਸਟ ਪ੍ਰੋਟੈਸਟ ਸ਼ੁਰੂ ਹੋਏ ਹਨ ਪਰ ਜਿਸ ਤਰ੍ਹਾਂ ਇਸ ਕੰਟਰੀ ਦੇ ਵਿੱਚ ਪੂਰੇ ਸਾਲ ਅਨਫੋਰਚਨਟਲੀ ਸਾਨੂੰ ਵੇਖਣ ਨੂੰ ਮਿਲਿਆ ਕਿ ਇੱਕ ਤਰਫ ਤਾਂ ਉਹ ਗਰੁੱਪ ਹੈਗਾ ਜੋ ਇਸ ਹਾਦਸੇ ਨੂੰ ਲੈ ਕੇ ਪੀਸਫੁਲੀ ਪ੍ਰੋਟੈਸਟ ਕਰ ਰਿਹਾ ਕਿ ਇਹ ਹੋਇਆ ਕਿਉਂ ਕਿ ਸਾਡੀ ਕਮਿਊਨਿਟੀ ਦਾ ਇੱਕ ਮੈਂਬਰ ਜੋ ਮਰੀਜ਼ ਸੀਗਾ ਉਹਦੇ ਤੇ ਜਾਨ ਲੈਵਾ ਹਮਲਾ ਉਹਨਾਂ ਦੇ ਵੱਲੋਂ ਜੋ ਸਾਨੂੰ ਪ੍ਰੋਟੈਕਟ ਕਰਦੇ ਆ ਸਾਡੀ ਪੁਲਿਸ ਫੋਰਸ ਦੂਜੀ ਤਰਫ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਜੋ ਸਾਡੀ ਪੁਲਿਸ ਹੈ ਉਹ ਹਰ ਰੋਜ਼ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਸਾਡੀ ਸੇਫਟੀ ਲਈ ਕੰਮ ਤੇ ਜਾਂਦੇ ਆ ਐਂ ਜਦੋਂ ਇਹ ਪ੍ਰੋਟੈਸਟ ਸ਼ੁਰੂ ਹੋਏ ਹਨ ਉਹ ਕਾਫੀ ਛੇਤੀ ਵਾਇਲੈਂਟ ਬਣ ਗਏ ਲੂਟਿੰਗ ਹੋਈ ਉਹਦੀ ਵੀ ਜਾਣਕਾਰੀ ਸ਼ੇਅਰ ਕਰਦੇ ਆ ਬਟ ਇਸ ਆਫਟਰਮੈਥ ਦੇ ਵਿੱਚ 30 ਤੋਂ ਵੱਧ ਪੁਲਿਸ ਆਫੀਸਰਸ ਵੀ ਇੰਜਰ ਹੋਏ ਹਨ ਇਨ ਪ੍ਰੋਟੈਸਟ ਇਨ ਵਾਇਲੈਂਟ ਦੇ ਵਿੱਚ ਸੋ ਨਿਕ ਤੁਸੀਂ ਖੁਦ ਵੀ ਇਸ ਕਵਰੇਜ ਦੇ ਵਿੱਚ ਕੁਝ ਲੂਟਰਸ ਨੂੰ ਵੇਖਿਆ ਉਹਨਾਂ ਨੇ ਤੁਹਾਡੇ ਤੇ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੋ ਕੀ ਹੋਇਆ ਕੀ ਮਾਹੌਲ ਬਣ ਰਿਹਾ ਇਹ ਪੂਰੇ ਮਤਲਬ ਦਿਨ ਦਿਹਾੜੇ ਇਸ ਤਰ੍ਹਾਂ ਦੇ ਚੀਜ਼ਾਂ ਹੋ ਰਹੀਆਂ ਤੇ ਕੀ ਲੱਗਦਾ ਹੈ ਕਿ ਵਾਟਸ ਦ ਸੀਨ ਔਨ ਦਾ ਗਰਾਉਂਡ ਜੀ ਹੋਇਆ ਤਾਂ ਕਿ ਮੈਂ ਜਿਸ ਤਰ੍ਹਾਂ ਦੱਸ ਰਿਹਾ ਸੀਗਾ ਜਿਹੜਾ ਇਸ ਜਗ੍ਹਾ ਤੇ ਗੱਲ ਹੋਈ ਆ ਕੌਪਸਕੀ ਏਰੀਆ ਪੈਂਦਾ ਆ 61ਸਟ ਐਂਡ ਲੋਕਸਟ ਤੇ ਇੱਕ ਹਾਦਸਾ ਹੋਇਆ ਜਿੱਥੇ ਆ ਸ਼ੂਟਿੰਗ ਹੋਈ ਆ ਤੇ ਉਸ ਤੋਂ 4 ਬਲਾਕ ਹੋਰ ਅੱਗੇ 6 ਬਲਾਕ ਅੱਗੇ 52 ਸੈਕਿੰਡ ਦੇ ਉੱਪਰ ਸਾਰੀ ਲੂਟਿੰਗ ਹੋਈ ਆ ਤੇ ਜਿਹੜਾ 69 ਸਟਰੀਟ ਦਾ ਜਿਹੜਾ ਏਰੀਆ ਆ ਜਿੱਥੇ ਆਪਣੀ ਪੂਰੀ ਕਮਿਊਨਿਟੀ ਰਹਿੰਦੀ ਆ ਉੱਥੇ ਦੇ ਜਿਹੜੇ ਸਾਰੇ ਬਿਜ਼ਨੈਸਸ ਬੰਦ ਕਰ ਦਿੱਤੇ ਗਏ ਤੇ ਮੇਰੇ ਵਾਈਫ ਵੀ ਉਹ 69 ਸਟਰੀਟ ਦੀ ਬੈਲਟ ਦੇ ਵਿੱਚ ਬੈਂਕ ਆ ਸਿਟੀਜ਼ਨਸ ਬੈਂਕ ਉੱਤੇ ਜੌਬ ਕਰਦੇ ਨੇ ਆ ਉਹਨਾਂ ਨੇ ਉਹਨਾਂ ਦੀ ਕਾਲ ਆਈ ਕਿ ਸਿਟੀ ਦੇ ਵਿੱਚ ਜਾਣਾ ਪੈਣਾ ਤੇ ਉਹਨਾਂ ਦੀ ਕਲੀਕ ਨੇ ਕਿਹਾ ਕਿ ਆਪਾਂ ਟ੍ਰੇਨ ਤੇ ਚੱਲ ਜਾਨੇ ਆ ਮੈਂ ਕਿਹਾ ਟ੍ਰੇਨ ਇਸ ਨੋਟ ਸੇਫ ਕਿਉਂਕਿ ਉਹ ਵੈਸਟ ਫਲੀ ਤੇ ਥਰੂ ਜਾਣੀ ਹੈ ਤੇ ਮੈਂ ਤੁਹਾਨੂੰ ਆਲ ਗਿਵ ਯੂ ਰਾਈਡ ਤੇ ਜਦੋਂ ਮੈਂ ਉਹਨਾਂ ਨੂੰ ਰਾਈਡ ਦੇਣ ਜਾ ਰਿਹਾ ਸੀ ਤੇ ਮੇਰੇ ਮਨ ਦੇ ਵਿੱਚ ਇਹ ਵੀ ਸੀ ਕਿਤੇ ਨਾ ਕਿਤੇ ਕਿ ਮੈਂ ਵਾਪਸੀ ਦੇ ਵਿੱਚ ਦੇਖਾਂ ਕੀ ਹੈਗਾ ਵਾ ਥੋੜਾ ਦੂਰੋਂ ਦੇਖ ਲੂੰਗਾ ਤਾਂ ਚਲੋ ਮੈਂ ਉੱਥੇ ਲਾਗੇ ਤੱਕ ਪਹੁੰਚ ਗਿਆ ਤੇ ਉਹ ਉੱਥੇ ਜਦੋਂ ਮੈਂ ਪਹੁੰਚਿਆ ਤੇ ਉੱਥੋਂ ਦੇ ਜਿਹੜੇ ਮੈਂ ਵੀਜ਼ ਕਾਫੀ ਸਾਰੀਆਂ ਵੀਡੀਓਜ਼ ਬਣਾਈਆਂ ਨੇ ਇੰਨੇ ਪ੍ਰੋਗਰਾਮ ਚ ਆਪਾਂ ਦੁਕਾਨ ਹੀ ਸਕਦੇ ਉਹ ਜਿੰਨੀਆਂ ਮੈਂ ਕਵਰੇਜ ਕੀਤੀਆਂ ਨੇ ਤਾਂ ਉਹ ਮੈਂ 1 ਫੁੱਟ ਲਾਕਰ ਦੇ ਲਾਗੇ ਆ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਵਿਕਟਮ ਦਾ ਘਰ ਹੈ 6124 ਲੋਕਸ ਸਟਰੀਟ ਮੈਂ ਉੱਥੇ ਵੀ ਪਹੁੰਚਿਆ ਤੇ ਉੱਥੇ ਵੀ ਉਹ ਉਹਨਾਂ ਦੇ ਬ੍ਰਦਰ ਨਾਲ ਵੀ ਗੱਲ ਹੋਈ ਤੇ ਉਹ ਉਹ ਵੀ ਇਹੋ ਕਹਿੰਦੇ ਸੀਗੇ ਕਿ ਜਿੱਦਾਂ ਇਹ ਮਾਹੌਲ ਸੀਗਾ ਅੱਜ ਜਿੱਦਾਂ ਤੁਸੀਂ ਸ਼ਾਪਸ ਦੇਖਦੇ ਭਏ ਆ ਟੋਟਲੀ ਲੋਟ ਫਾਰਮੇਸੀਜ਼ ਲੂਟ ਕਰ ਲੀਆਂ ਕਿ ਉਹ ਫਾਰਮੇਸੀ ਨੂੰ ਲੂਟ ਕਰਨ ਦਾ ਕੀ ਮਤਲਬ ਹੈ ਕਿ ਉਸ ਤੋਂ ਤੁਹਾਨੂੰ ਪ੍ਰੈਸਕ੍ਰਿਪਸ਼ਨ ਮੈਡੀਸਿਨਸ ਹੁੰਦੀਆਂ ਕਈ ਹੁੰਦੀਆਂ ਨੇ ਜਾਂ ਹੋ ਸਕਦਾ ਹੈ ਕਿ ਇਹੋ ਜੀਆਂ ਹੋਣ ਕਿ ਉਹ ਉਸ ਨੂੰ ਟਾਰਗੇਟ ਕੀਤਾ ਹੋਵੇ ਕਿ ਉਸ ਮੈਂ ਦੋ ਫਾਰਮੇਸੀਜ਼ ਉੱਤੇ ਦੇਖੀਆਂ ਜਿਹੜੀਆਂ ਰੋਬ ਹੋਈਆਂ ਨੇ ਤੇ ਆ ਜਿਹੜੀ ਆ ਜਿਹੜਾ ਸੀਨ ਹੈਗਾ ਤੁਸੀਂ ਦੇਖ ਰਹੇ ਹੋ ਮੈਂ ਜਦੋਂ ਉੱਥੇ ਪਹੁੰਚਿਆ ਵਾ ਘੁੰਮ ਕੇ ਤੇ ਆ ਫੁੱਟ ਲਾਕਰ ਦੇ ਲਾਗੇ ਤਾ ਮੈਂ ਦੇਖ ਰਿਹਾ ਸੀ ਹੁਣ ਵੀ ਲੋਕ ਜਿਹੜੇ ਆ ਉਹ ਸਮਾਨ ਚੱਕ ਰਹੇ ਨੇ ਉਥੋਂ ਸਾਰਾ ਕੁਝ ਤੇ ਇੱਕ ਯੰਗਸਟਰ ਸੀਗਾ ਮੈਂ ਗੱਡੀ ਤੋਂ ਬਾਹਰ ਸੀਗਾ ਆਪਣੇ ਫੋਨ ਦੇ ਉੱਪਰ ਮੈਂ ਕਵਰੇਜ ਕਰ ਰਿਹਾ ਸੀਗਾ ਤੇ ਉਹ ਮੇਰੇ ਵੱਲ ਆਇਆ ਤੇ ਉਹਨੇ ਕਿਹਾ ਆ ਕਿ ਤੂੰ ਕਰ ਰਿਹਾ ਵਾ ਵਾਟ ਆਰ ਯੂ ਡੂਇੰਗ ਵਾਟ ਆਰ ਯੂ ਡੂਇੰਗ ਆ ਆ ਆ ਕਿ ਤੂੰ ਸੰਦਾ ਸਾਡੀ ਵੀਡੀਓ ਬਣਾ ਕੇ ਦਿਖਾਏਗਾ ਹਨਾ ਕਿਉਂਕਿ ਮੇਰੇ ਗਾਲ ਦੇ ਵਿੱਚ ਆਈਡੀ ਵੀ ਪਾਈ ਸੀਗੀ ਪ੍ਰੈਸ ਦੀ ਕਿ ਮੈਨੂੰ ਪੁਲਿਸ ਕੋਈ ਨਾ ਰੋਕੇ ਤੇ ਫਿਰ ਮੈਂ ਭੱਜ ਕੇ ਗੱਡੀ ਵਿੱਚ ਵੜ ਗਿਆ ਵਾਂ ਤੇ ਉਹ ਮੇਰੇ ਕੋ ਉਹਦੀ ਵੀਡੀਓ ਨਹੀਂ ਬਣੀ ਪਰ ਮੈਂ ਗੱਡੀ ਲੋਕ ਕਰਕੇ ਸਟਾਰਟ ਕਰਕੇ ਫਿਰ ਮੈਂ ਉੱਥੋਂ ਨਿਕਲ ਆਇਆ ਇੱਕ ਕਿਉਂਕਿ ਉਹਨੇ ਮੇਰੇ ਫੋਨ ਸਨੇਚ ਕਰਨ ਦੀ ਟਰਾਈ ਕੀਤੀ ਆ ਹੋ ਸਕਦਾ ਮੈਨੂੰ ਵੀ ਹਰਟ ਕਰ ਦਿੰਦਾ ਤੇ ਉਹ ਇਹੋ ਜਿਹਾਂ ਆਹ ਜਿਹੜਾ ਮੈਡੀਕਲ ਹੈਗਾ ਵਾ ਡਿਸਪੈਂਸ ਹੈਗੀ ਆ ਫਾਰਮੇਸੀ ਹਾਂਜੀ ਸੋ ਅ ਜੇ ਅੰਦਰ ਵੀ ਮੈਂ ਗਿਆ ਤੇ ਉਹ ਮੈਂ ਉਹਨਾਂ ਨਾਲ ਗੱਲ ਵੀ ਕਰਨੀ ਚਾਹੀ ਪਰ ਕੋਈ ਵੀ ਉੱਥੇ ਗੱਲ ਕਰਨੀ ਚਾਹੁੰਦਾ ਨਹੀਂ ਸੀਗਾ ਜਿੱਦਾਂ ਉਹ ਕਹਿ ਰਿਹਾ نو ਆਈ ਡੋਟ ਵਾਂਟ ਟੂ ਟਾਕ ਟੂ ਯੂ ਕੋਈ ਵੀ ਉੱਥੇ ਗੱਲ ਨਹੀਂ ਸੀ ਕਰਨਾ ਚਾਹੁੰਦਾ ਸੋ ਆਫ ਕੋਰਸ ਨਿਕ ਹੁਨੇ ਰਿਪੋਰਟਿੰਗ ਨਿਕਲੀ ਹੈ ਥੈਟ ਫਿਲਡਲਫੀਆ ਦੇ ਜੋ ਇਥੇ ਦੇ ਇਨਚਾਰਜ ਹਨ ਉਹਨਾਂ ਨੇ ਨੈਸ਼ਨਲ ਗਾਰਡ ਨੂੰ ਬੁਲਾ ਲਿਆ ਹੈ ਅੱਜ ਰਾਤ ਲਈ ਟੂ ਪ੍ਰੋਟੈਕਟ ਦ ਸਿਟੀ ਆਮ ਟੂ ਜੋ ਇਸ ਤਰ੍ਹਾਂ ਦੀ ਡਿਸਟਰਬੈਂਸਸ ਹਨ ਉਹਨਾਂ ਨੂੰ ਥੋੜਾ ਕੰਟਰੋਲ ਕਰਨ ਲਈ ਲੂਟਿੰਗ ਨੂੰ ਕੰਟਰੋਲ ਕਰਨ ਲਈ ਆਮ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਚੀਜ਼ ਨਾਲ ਕੋਈ ਇਸ ਸਿਚੁਏਸ਼ਨ ਤੇ ਰਿਸੋਲਵ ਰੈਜ਼ੋਲੂਸ਼ਨ ਹੋਏਗਾ ਜਾਂ ਇਹ ਜੋ ਨੈਸ਼ਨਲ ਗਾਰਡ ਦੀ ਜਾਂ ਮਿਲਟਰੀ ਦੀ ਪ੍ਰੈਜ਼ੈਂਸ ਹੈਗੀ ਇਸ ਸਿਚੁਏਸ਼ਨ ਦੇ ਵਿੱਚ ਹੋਰ ਅਨਿਵਰਸ ਬਣਾਉਗੀ ਨਹੀਂ ਅਸ਼ਮਿਤਾ ਜੀ ਇਹ ਸ੍ਰੀ ਦੀ ਲੋੜ ਹੈ ਮੈਨੂੰ ਲੱਗਦਾ ਬਹੁਤ ਜ਼ਿਆਦਾ ਕਿਉਂਕਿ ਅਸੀਂ ਨੰਗੇ ਪਿਛਲੇ 4-5 ਮਹੀਨੇ ਪਹਿਲਾਂ ਚੀਜ਼ਾਂ ਹੋਈਆਂ ਨੇ ਇਹ ਹੈਪਨਿੰਗ ਵੈਸਟ ਫਿਲ ਅਡਲਫੀਆ ਦੇ ਵਿੱਚ ਹੁੰਦੀ ਹੈ ਇੱਕ ਨੇਬਰਹੂਡ ਦੇ ਵਿੱਚ ਫਿਰ ਲੂਟਿੰਗ ਇੱਕ ਦੂਜੀ ਨੇਬਰਹੂਡ ਦੇ ਵਿੱਚ ਹੁੰਦੀ ਆ ਕੰਚਲੀ ਕੇ ਉਹ ਜਿਹੜੀ ਨੇਬਰਹੂਡ ਦੇ ਵਿੱਚ ਹੈਪਨਿੰਗ ਹੋਈ ਆ ਉਥੇ ਐਨੀ ਮਾਰਕੀਟ ਜਾਂ ਸ਼ਾਪਿੰਗ ਜਾਂ ਇਹੋ ਜਿਹਾ ਜਗਾ ਨਹੀਂ ਸੀਗੀ ਜਿੱਥੇ ਉਹ ਕਰ ਸਕਦੇ ਸੀ ਕੁਛ ਏਦਾਂ ਦਾ ਨੁਕਸਾਨ ਤੇ ਉਸ ਦੇ ਇਲਾਵਾ ਜਿੱਦਾਂ ਵੈਸਟ ਦੇ ਵਿੱਚ ਤੇ ਹੋਈ ਆ ਉਸ ਦੇ ਨਾਲ ਲੱਗਦੇ ਆਂ ਹੀ ਨਾਰਥ ਫਿਲਡਲਫੀਆ ਦੇ ਵਿੱਚ ਵੀ ਇਹ ਵਾਰ ਦਾ ਤਾਂ ਮਤਲਬ ਕਿ ਲੂਟਿੰਗ ਵਾਲਾ ਜਿਹੜਾ ਇਹ ਹੋਇਆ ਵਾ ਸੋ ਉਸ ਦੇ ਚੱਲਦੇ ਆਂ ਜਿਸ ਤਰ੍ਹਾਂ ਕਿ ਪਿੱਛੇ ਵੀ ਹੋਇਆ ਵਾ ਆਪਾਂ ਦੇਖਿਆ 올 ਓਵਰ ਅਮਰੀਕਾ ਇਸ ਚੀਜ਼ ਦਾ ਇਫੈਕਟ ਪਿਆ ਕਿਉਂਕਿ ਉਹ ਇੱਥੇ ਸਮਝ ਨਹੀਂ ਆਉਂਦੀ ਮੈਂ ਜਦੋਂ ਉੱਥੇ ਗਿਆ ਸੀਗਾ ਉਹ ਉਹਨਾਂ ਦੇ ਬ੍ਰਦਰ ਨਾਲ ਜਦੋਂ ਗੱਲ ਹੋ ਰਹੀ ਸੀ ਜਿਹੜੇ ਵਿਕਟਮ ਨੇ ਉਹ ਕਹਿੰਦੇ ਸੀਗੇ ਕਿ ਦੈਟਸ ਨਾਟ ਮਾਈ ਬ੍ਰਦਰ ਡੂਇੰਗ ਥਿਸ ਦੇ ਆਰ ਦੇ ਆਰ ਨਾਟ ਅਸ ਜਿਹੜੇ ਲੂਟਿੰਗ ਕਰਦੇ ਪਿਆ ਕਹਿੰਦੇ ਸਾਡੇ ਉੱਤੇ ਆਹ ਟ੍ਰੈਜੇਡੀ ਹੋਈ ਆ ਕਿ ਕਿਸੇ ਨਾਲ ਨਾ ਹੋਵੇ ਐਂਡ ਦ ਪੀਪਲ ਜਿਹੜੇ ਆ ਕਰਦੇ ਪਏ ਦੇ ਨਾਟ ਸਪੋਸਟ ਟੂ ਡੂ ਦੈਟ ਨੇਵਰ ਟੇਕ ਐਡਵਾਂਟੇਜ ਆਫ ਥਿਸ ਐਂਡ ਸਪੈਸ਼ਲੀ ਇਨ ਥਿਸ ਐਟਮੋਸਫੇਅਰ ਵੈਨ ਜਦੋਂ ਇੱਥੇ ਇਲੈਕਸ਼ਨ ਦਾ ਮਾਹੌਲ ਆ ਕੁਛ ਇਦਾਂ ਦਾ ਵਾ ਉਹ ਉਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਉਹਨਾਂ ਦੇ ਬ੍ਰਦਰ ਸੀਗੇ ਜਦੋਂ ਉਹ ਉਹਨਾਂ ਦੇ ਇਹ ਬੋਲ ਸੀਗੇ ਮੇਰੇ ਕੋ ਹੈਗੀ ਆ ਉਹ ਉਹ ਉਹਨਾਂ ਦੇ ਨਾਲ ਗੱਲਬਾਤ ਦੀ ਵੀ ਹੈਗੀ ਆ ਉੱਪਰ ਤੋਂ ਥੋੜੀ ਲੰਬੀ ਆ ਆਪਾਂ ਇਸ ਦੇ ਵਿੱਚ ਦਿਖਾ ਨਹੀਂ ਸਕਦੇ ਇਸ ਟਾਈਮ ਤੇ ਕਿਉਂਕਿ ਉਸ ਉਸ ਜਗ੍ਹਾ ਤੇ ਜਦੋਂ ਮੈਂ ਗੱਲ ਕਰ ਰਹੀ ਸੀ ਉੱਥੇ ਐਨਬੀਸੀ ਦੇ ਜਰਨਲਿਸਟ ਸੀਗੇ ਆਈ ਮੈਟਨੈਸ ਵਾਲੇ ਜਰਨਲਿਸਟ ਸੀਗੇ ਅਸੀਂ ਸਾਰੇ ਸੀਗੇ ਉੱਥੇ ਤੇ ਉਹ ਪ੍ਰੋਪਰ ਰਿਕਾਰਡਿੰਗ ਹੈਗੀ ਆ ਕਿਉਂਕਿ ਚੈਨਲ ਦੇ ਉੱਪਰ ਜੋ ਕੁਝ ਵੀ ਹੋਇਆ ਵਾ ਜੋ ਵੀ ਸੱਚ ਆ ਉਹ ਤੇ ਹਰ ਇੱਕ ਚੈਨਲ ਦੇ ਉੱਪਰ ਆ ਜਾਏਗਾ ਲੋਕਾਂ ਨੇ ਦੇਖ ਹੀ ਲਿਆਉਣਾ ਜਾਂ Google ਤੇ ਵੀ ਦੇਖ ਸਕਦੇ ਹੋ ਪਰ ਜਿੱਥੇ ਸਾਡਾ ਫਰਜ਼ ਬਣਦਾ ਸੀਗਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਜੇ ਆਪਾਂ ਬੈਠੇ ਆ ਤੇ ਆਪਣੀ ਭਾਸ਼ਾ ਦੇ ਵਿੱਚ ਜਿੰਨੀ ਕਿ ਇਨਫੋਰਮੇਸ਼ਨ ਦੇ ਸਕੀਏ ਉਹ ਇੱਕ ਇੱਕ ਸਾਡਾ ਫਰਜ਼ ਬਣਦਾ ਸ਼ਮੇਤਾ ਜੀ ਜੀ ਨਿਕੀ ਆਮ ਗਲੈਡ ਜੋ ਇੱਥੇ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਉਹ ਇਹ ਦੱਸਣੀ ਲੋਕਾਂ ਨੂੰ ਕਿ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਇਹ ਹਾਦਸਾ ਹੋਇਆ ਹੈ ਉਹ ਬਿਲਕੁਲ ਵੀ ਇਸ ਤਰ੍ਹਾਂ ਦੇ ਲੂਟਿੰਗ ਤੇ ਵਾਇਲੈਂਸ ਨੂੰ ਨਹੀਂ ਕੰਡੋਨ ਕਰਦੇ ਉਹ ਉਹਦੇ ਹੱਕ 'ਚ ਨਹੀਂ ਹੈਗੇ ਉਹ ਤਾਂ ਸਿਰਫ ਚਾਹੁੰਦੇ ਕਿ ਜੋ ਉਹਨਾਂ ਦੇ ਪਰਿਵਾਰ ਦਾ ਮੈਂਬਰ ਹੁਣ ਨਹੀਂ ਹੈ ਉਹਨਾਂ ਦੇ ਨਾਲ ਉਹਦੇ ਲਈ ਕੋਈ ਇਨਸਾਫ ਕੋਈ ਜਸਟਿਸ ਉਹਨਾਂ ਨੂੰ ਮਿਲੇ ਕੋਈ ਐਕਸਪਲੇਨੇਸ਼ਨ ਮਿਲੇ ਕਿ ਇਹ ਕਿਉਂ ਇਸ ਤਰ੍ਹਾਂ ਹੋਇਆ ਬਟ ਜੋ ਲੋਕ ਇਸ ਸਿਚੁਏਸ਼ਨ ਦਾ ਐਡਵਾਂਟੇਜ ਲੈ ਰਹੇ ਆ ਉਹ ਸਿਰਫ ਤਾਂ ਸਿਰਫ ਆਪਾਂ ਕਹਿ ਸਕਦੇ ਆ ਆਪਣੇ ਫਾਇਦੇ ਲਈ ਇਹ ਕਰ ਰਿਹਾ ਹੈ ਐਂਡ ਉਹਨਾਂ ਦਾ ਕੋਈ ਸੰਬੰਧ ਨਹੀਂ ਇਸ ਪ੍ਰੋਟੈਸਟ ਇਸ ਸ਼ੂਟਿੰਗ ਦੇ ਨਾਲ ਐਜ਼ ਫਾਰ ਐਸ ਜੋ ਪਰਿਵਾਰ ਸਾਨੂੰ ਦੱਸ ਰਿਹਾ ਜਿਸ ਤਰ੍ਹਾਂ ਤੁਹਾਡੀ ਗੱਲ ਹੋਈ ਹੈ ਵਿਕਟਮ ਦੇ ਬ੍ਰਦਰ ਦੇ ਨਾਲ ਆਮ ਨੇਕਤ ਨੂੰ ਲੱਗਦਾ ਹੈ ਕਿ ਕੁਝ ਦਿਨਾਂ ਵਿੱਚ ਇਹ ਚੀਜ਼ ਕਾਮ ਡਾਊਨ ਹੋਏਗੀ ਜਾਂ ਤੁਹਾਨੂੰ ਲੱਗਦਾ ਹੈ ਇਲੈਕਸ਼ਨ ਤੱਕ ਇਸ ਤਰ੍ਹਾਂ ਦੇ ਪ੍ਰੋਟੈਸਟ ਤੁਹਾਨੂੰ ਵੇਖਣ ਨੂੰ ਮਿਲਣਗੇ ਜੀ ਜਿਸ ਤਰ੍ਹਾਂ ਆਪਾਂ ਆਪਣੇ ਕੋ ਜੇ ਇਸ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਨਾ ਰਿਹਾ ਹੋਵੇ ਫਿਊਚਰ ਦੇ ਵਿੱਚ ਆਪਣਾ ਪਾਸਟ ਦੇ ਵਿੱਚ ਤਾ ਆਪਾਂ ਇਸ ਚੀਜ਼ ਨੂੰ ਇਗਨੋਰ ਕਰ ਸਕਦੇ ਆ ਅੱਖੋਂ-ਉੱਲੇ ਕਰ ਸਕਦੇ ਆ ਤੇ ਜਦੋਂ ਆਪਣੇ ਕੋਲ ਪੈਸਟ ਦਾ ਐਕਸਪੀਰੀਅੰਸ ਹੈਗਾ ਵਾ ਕਿ ਆ ਚੀਜ਼ਾਂ ਹੋਈਆਂ ਨੇ ਤੇ ਉੱਥੇ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਨੈਸ਼ਨਲ ਗਾਰਡਸ ਦੀ ਗੱਲ ਕਰਦੇ ਆ ਇੱਥੇ ਸਟੈਬਲਿਸ਼ ਕੀਤੇ ਗਏ ਨੇ ਸੱਦੇ ਗਏ ਨੇ ਤਾਂ ਉਸ ਦੀ ਕਿਤੇ ਨਾ ਕਿਤੇ ਜ਼ਰੂਰਤ ਹੈ ਕਿਉਂਕਿ ਸਾਨੂੰ ਜ਼ਰੂਰਤ ਹੈ ਸੇਫਟੀ ਦੀ ਇਹ ਹਰ ਇੱਕ ਸਮਾਜ ਦੇ ਵਿੱਚ ਹਰ ਇੱਕ ਜਗ੍ਹਾ ਦੇ ਵਿੱਚ ਆਪਾਂ ਕਿਸੇ ਰੰਗ ਦੀ ਜਾਂ ਕਿਸੇ ਮਜਬ ਦੀ ਗੱਲ ਨਹੀਂ ਕਰਦੇ ਆ ਕੁਝ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਸਮਾਜ ਨੂੰ ਸਮਾਜ ਦਾ ਹਿੱਸਾ ਨਹੀਂ ਹੁੰਦੇ ਨੇ ਸਮਾਜ ਚ ਰਹਿੰਦੇ ਨੇ ਪਰ ਉਹਨਾਂ ਨੂੰ ਸਮਾਜ ਦੇ ਨਾਲ ਕੋਈ ਮੋਹ ਨਹੀਂ ਹੁੰਦਾ ਜਿਵੇਂ ਜਿਸ ਤਰ੍ਹਾਂ ਮੈਂ ਜਦੋਂ ਉੱਥੇ ਗਿਆ ਵਾਂ ਤੇ ਮੈਂ ਕਰ ਰਿਹਾ ਸਾਰਿਆਂ ਨਾਲ ਗੱਲਾਂ ਕਰ ਰਿਹਾ ਲਾਈਕ ਗੱਲਾਂ ਤੇ ਕੋਈ ਕਰਨੀਆਂ ਨਹੀਂ ਚਾਹੁੰਦੇ ਸੀ ਪਰ ਫਿਰ ਵੀ ਮੈਂ ਇੱਕ ਦੋ ਜਿਨ੍ਹਾਂ ਨਾਲ ਵੀ ਗੱਲ ਕੀਤੀ ਤਾਂ ਉਸ ਦੌਰਾਨ ਕਿ ਮੈਂ ਜਦੋਂ ਉੱਥੇ ਗਿਆ ਤੇ ਉਹ ਜਦੋਂ ਮੇਰੇ ਤੇ ਅਟੈਕ ਉਹ ਮੈਂ ਘਰ ਆ ਕੇ ਵੀ ਨਹੀਂ ਦੱਸਿਆ ਜੇ ਮੈਂ ਘਰ ਆ ਕੇ ਦੱਸ ਦਿੰਦਾ ਤੇ ਦੇਵਤ ਕੀ ਅਪਸੈਟ ਹੋਣਾ ਤੇ ਨਾਲ ਕਿ ਲਾਈਕ ਵਾਈ ਬਿਨ ਹੈ ਨਾ ਮੈਂ ਗਿਆ ਕਿਉਂ ਪਰ ਉਹ ਮੈਂ ਚਾਹੁੰਦਾ ਸੀਗਾ ਕਿ ਕਿ ਜੇ ਮੈਂ ਸੇਫਲੀ ਜਿੰਨਾ ਵੀ ਮੈਂ ਤਾਂ ਗੱਡੀ ਦੇ ਅੰਦਰੋਂ ਹੀ ਜ਼ਿਆਦਾਤਰ ਜਿੰਨੇ ਸੀਨ ਲਏ ਆ ਪਰ ਇੱਕ ਦੋ ਥਾਵਾਂ ਤੇ ਮੈਂ ਬਾਹਰ ਵੀ ਨਿਕਲਿਆ ਆ ਜੀ 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 ਇਹਦੇ ਲਈ ਸਾਡੇ ਵੱਲੋਂ ਸਾਡੇ ਵਿਊਅਰਸ ਵੱਲੋਂ ਤੁਹਾਡਾ ਥੈਂਕ ਯੂ ਕਿ ਤੁਸੀਂ ਜਾ ਕੇ ਉੱਥੇ ਔਨ ਦਾ ਗਰਾਉਂਡ ਸਾਡੇ ਲਈ ਰਿਪੋਰਟਿੰਗ ਸਾਨੂੰ ਐਗਜ਼ੈਕਟ ਫੈਕਟਸ ਦਿੱਤੇ ਕਿ ਕਿਸ ਤਰ੍ਹਾਂ ਇਹ ਚੀਜ਼ ਪਲੇ ਆਊਟ ਹੋ ਰਹੀ ਐ ਇਸ ਵੇਲੇ ਨਿਕ ਤੁਸੀਂ ਤੁਹਾਡੀ ਫੈਮਲੀ ਸੇਫ ਰਵੋ ਇਸ ਟਾਈਮ ਦੇ ਵਿੱਚ ਯੂ نو ਆਪਣੇ ਆਪ ਨੂੰ ਬਚਾ ਕੇ ਇਸ ਏਰੀਆ ਦੇ ਵਿੱਚ ਜ਼ਰੂਰ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਕਰੋ ਥੈਂਕ ਯੂ so much for sharing ਤੁਹਾਡੀ ਕਵਰੇਜ ਅੱਜ ਫਿਲਡਲਫੀਆ ਪنسਲਵੇਨੀਆ ਤੋਂ ਵਾਲਟਰ ਵਾਲਸੀ ਸ਼ੂਟਿੰਗ ਨੂੰ ਲੈ ਕੇ ਹੈਵ ਅ ਗੁੱਡ ਰੈਸਟ ਆਫ ਯੂਅਰ ਈਵਨਿੰਗ ਸਸ਼੍ਰੀਕਾਲ ਸਤਿ ਸ਼੍ਰੀ ਅਕਾਲ ਐਨ ਮੈਂ ਬਾਕੀ ਈਵਰਜ਼ ਨੂੰ ਦੱਸਣਾ ਚਾਹੁੰਦੀ ਹਾਂ ਤੁਸੀਂ ਕਿਤੇ ਨਾ ਜਾਓ ਪ੍ਰੋਗਰਾਮ ਬਿਲਕੁਲ ਇਸ ਤਰ੍ਹਾਂ ਲਾਈਵ ਤਰਨਲ ਪੇਸ਼ ਕਰਦੇ ਰਵਾਂਗੇ ਫੋਨ ਲਾਈਨਸ ਓਪਨ ਹਨ ਤੁਸੀਂ ਵੀ ਕਾਲ ਕਰਕੇ ਕਮੈਂਟ ਕਰ ਸਕਦੇ ਹੋ ਇਨ ਵਕ ਵਕ ਟੌਪਿਕਸ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਬਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਮੈਂ ਕਲੋਜ਼ਿੰਗ ਦੇ ਵਿੱਚ ਤੁਹਾਨੂੰ ਸਿਰਫ ਇਹੀ ਇੱਕ ਬਾਰੀ ਫਿਰ ਅਪੀਲ ਕਰਨਾ ਚਾਹੁੰਦੀ ਆ ਕਿ ਅਗਰ ਤੁਸੀਂ ਐਲੀਜੀਬਲ ਵੋਟਰ ਹੈਗੇ ਇਸ ਕੰਟਰੀ ਦੇ ਵਿੱਚ ਤੁਸੀਂ ਸਿਟੀਜ਼ਨ ਹੋ ਤੁਸੀਂ ਜ਼ਰੂਰ ਇਸ ਪ੍ਰੋਸੈਸ ਦੇ ਵਿੱਚ ਇਨਵੋਲਵ ਹੋਵੋ ਸਾਡੇ ਵੱਲੋਂ ਤੁਹਾਨੂੰ ਕੋਈ ਹੈਲਪ ਗਾਈਡੈਂਸ ਰਿਸੋਰਸਸ ਦੀ ਲੋੜ ਹੈ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਵੀ ਦੱਸਿਆ ਕੁਝ ਵੈਬਸਾਈਟਸ ਜੋ ਤੁਹਾਨੂੰ ਹੈਲਪ ਕਰ ਸਕਦੀਆਂ ਰਜਿਸਟ੍ਰੇਸ਼ਨ ਦੇ ਵਿੱਚ vote.org ਇੱਕ ਬਹੁਤ ਹੀ ਵਧੀਆ ਅਤੇ ਇੰਪੋਰਟੈਂਟ ਵੈਬਸਾਈਟ ਹੈਗੀ ਇਸ ਵੈਬ ਤੇ ਜਾ ਕੇ ਤੁਸੀਂ ਆਪਣੀ ਇਨਫਰਮੇਸ਼ਨ ਪਾ ਕੇ ਇਹ ਵੇਖ ਸਕਦੇ ਹੋ ਕਿ ਤੁਸੀਂ ਰਜਿਸਟਰਡ ਹੋ ਤੁਹਾਡੀ ਪੋਲਿੰਗ ਪਲੇਸ ਕਿੱਥੇ ਲੋਕੇਟਿਡ ਹੈ ਤੁਹਾਡੀ अर्ਲੀ ਪੋਲਿੰਗ ਪਲੇਸ ਕਿੱਥੇ ਲੋਕੇਟਿਡ ਹੈ ਐਂਡ ਕਿ ਉਹਨਾਂ ਦੇ ਆਵਰਸ ਕੋਵਿਡ ਰੈਸਟ੍ਰਿਕਸ਼ਨਸ ਇਹੋ ਜਿਹੀ ਚੀਜ਼ਾਂ ਇੱਕ ਹੋਰ ਵੈਬਸਾਈਟ ਤੁਹਾਡੇ ਲਈ US votefoundation.org ਇਹ ਵੀ ਤੁਹਾਨੂੰ ਗਾਈਡੈਂਸ ਦਿੰਦੀ ਹੈ ਤੁਹਾਡੀ ਇਨਫਰਮੇਸ਼ਨ ਤੁਸੀਂ ਪਾ ਕੇ ਸਿਰਫ ਤੁਹਾਡੀ ਐਡਰੈਸ ਪਾਣ ਦੀ ਲੋੜ ਹੈ ਉਸ ਤੋਂ ਜ਼ਿਆਦਾ ਕੋਈ ਤੁਹਾਨੂੰ ਜ਼ਿਆਦਾ ਡਿਸਕਲੋਸ ਕਰਨ ਦੀ ਲੋੜ ਨਹੀਂ ਹੈ ਟੂ ਫਾਈਂਡ वोटिंग प्लेस की कितने हैगी एंड वनस अगैन जिते वोटिंग की गल आती है इस um, साल बहुत ही यूनीक सरकम स्टांस हम कोविड करके सिक्सटी नाइन मिलीयन ऑलरेडी वोट पा चुके हैं दट्स मोर दैन हैफ of all eligible voters in the United States unna di vote already darj ho chuki hai and halle ta ik hafta paya hai election tak so saadi puri expectation hai that election tak hor bhi votes submit hon gya but main tonu itthe ehi dasna chahundi ha ke november 3rd tak na wait karo agar to article kol option hai early voting da zarur oda fayda uthao because simple logic hai ga ਤੁਸੀਂ ਨਵੰਬਰ 3 ਨੂੰ ਆਪਣੀ ਵੋਟ ਪਾਣ ਜਾਂਦੇ ਹੋ ਆਪਣੀ VOTING POLLING PLACE ਤੇ ਐਂਡ ਫਰਜ਼ ਕਰੋ ਉੱਥੇ ਲਾਈਨ ਬਹੁਤ ਲੰਬੀ ਹੈਗੀ ਤੁਹਾਨੂੰ 3 ਜਾਂ 4 ਜਾਂ 5 ਘੰਟੇ ਲੱਗ ਜਾਂਦੇ ਆ ਉਸ ਲਾਈਨ ਦੇ ਵਿੱਚ ਐਂ ਤੁਹਾਡੀ ਉਹ POLLING PLACE ਬੰਦ ਹੋ ਜਾਂਦੀ ਹੈ ਸਾਰੀ ਰਾਤ ਉਹਨਾਂ ਨੇ ਆਪਣੇ ਆਪ ਨੂੰ ਖੋਲ ਕੇ ਨਹੀਂ ਰੱਖਣਾ ਸੋ ਅਗਰ ਤੁਸੀਂ ਉੱਥੇ ਲਾਈਨ 'ਚ ਖੜੇ ਹੋ ਐਂ ਉੱਥੇ ਦੀ ਟਰਨ ਆਊਟ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਲੋਕੀ ਲਾਸਟ ਮਿੰਟ ਵੋਟ ਪਾਣ ਦੀ ਕੋਸ਼ਿਸ਼ ਕਰ ਰਹੇ ਆ ਇਸ ਤਰ੍ਹਾਂ ਹੋ ਸਕਦਾ ਹੈ ਕਿ ਤੁਹਾਨੂੰ ਵੋਟ ਪਾਣ ਦਾ ਮੌਕਾ ਨਾ ਮਿਲੇ ਇਸ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਅਗਰ ਤੁਸੀਂ ਲਾਸਟ ਮਿੰਟ ਤੱਕ ਵੇਟ ਕਰਦੇ ਹੋ ਆਪਣੇ ਮੇਲ ਇਨ ਜਾਂ ਆਪਣੇ ਐਬਸੈਂਟੀ ਬੈਲਟਸ ਨੂੰ ਸੈਂਡ ਇਨ ਕਰਨ ਲਈ ਉਹ ਵੀ ਨਾ ਐਕਸੈਪਟ ਹੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਵਿਸਕான்ਸਨ ਦੇ ਵਿੱਚ ਇੱਕ ਸੁਪਰੀਮ ਕੋਰਟ ਰੂਲਿੰਗ ਨੇ ਅੱਜ ਡਿਸਾਈਡ ਕੀਤਾ ਹੈ ਕਿ ਵਿਸਕான்ਸਨ ਦੇ ਐਬਸੈਂਟੀ ਬੈਲਟਸ ਜੋ ਉਹਨਾਂ ਨੂੰ ਨਵੰਬਰ 3 ਤੱਕ ਰਿਸੀਵ ਹੁੰਦੇ ਹੈ ਉਹੀ ਕਾਊਂਟ ਹੋਣਗੇ ਅਗਰ ਕੋਈ ਵੀ ਬੈਲਟ ਵਿਸਕான்ਸਨ ਦੇ ਵਿੱਚ ਨਵੰਬਰ 3 ਤੋਂ ਬਾਅਦ ਰਿਸੀਵ ਹੁੰਦਾ ਹੈ ਉਹ ਇਸ ਇਲੈਕਸ਼ਨ ਦੇ ਵਿੱਚ ਕਾਊਂਟ ਨਹੀਂ ਹੋਏਗਾ ਸੋ ਵਾਂਸ ਅਗੇਨ ਡਿਪੈਂਡਿੰਗ ਇ ਤੁਹਾਡੀ ਸਟੇਟ ਕੀ ਹੈਗੀ ਉਹਨਾਂ ਦੇ ਕੀ ਰੂਲਸ ਰੈਗੂਲੇਸ਼ਨਸ ਹੈਗੇ VOTING ਨੂੰ ਲੈ ਕੇ ਜ਼ਰੂਰ ਇਸ ਚੀਜ਼ ਬਾਰੇ ਜਾਣਕਾਰੀ ਪਾਓ ਵੈਬਸਾਈਟਸ ਤੁਹਾਨੂੰ ਆਪਾਂ ਦੱਸ ਚੁੱਕੇ ਆ ਸਾਡੇ ਲਈ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਇਸ ਮੁੱਦੇ ਨੂੰ ਲੈ ਕੇ ਜਾਂ ਇਸ ਇਲੈਕਸ਼ਨ ਨੂੰ ਲੈ ਕੇ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ info@justbroadcasting.com ashmita@justbroadcasting.com ਹੁਣ ਮੈਨੂੰ ਦੇਓ ਇਜਾਜ਼ਤ ਸਸਿਰ ਕਾਲ